ਇਦਾਂ ਥੋੜੀ ਸਰਕਾਰਾਂ ਚੱਲਦੀਆਂ ਜਿੱਦਾਂ ਸਰਕਾਰ ਸਾਡੇ ਨਾਲ ਕਰਨ ਰਹੀ ਆ ਜਿਹੜੀ ਸਵਾਹ ਨਿਕਲਦੀ ਸੀ ਨਾ ਸਾਡੇ ਧਰਤੀ ਸਿਰ ਬੁੜੀਆਂ ਬਹੁਕਰਮਾਂ ਇਕੱਠੀ ਕਰਦੀਆਂ ਸੀਗੇ ਸਵਾਹ ਜਿਹੜੇ ਸਾਡੇ ਬਾਹਰ ਪੈਰ ਨੇ ਜਮਾ ਕਾਲੇ ਹੋ ਜਾਂਦੇ ਸੀਗੇ ਜਦੋਂ ਖੇਤਾਂ ਗੜਾ ਮਾਰ ਜਾਂ ਲੀੜੇ ਸਾਰੇ ਕਾਲੇ ਹੋ ਜਾਂਦੇ ਆ ਸਾਰੇ ਆ ਜਿਹੜੀ ਸਵਾਹ ਇੰਨੀ ਆਉਂਦੀ ਸੀ ਅੱਜ ਪੁੱਤ ਨੇਰੇ ਤਾਂ ਬੋਰ ਕਰਾਈ ਬੈਠਾ ਉੱਤੇ ਕਮਰੇ ਪਾਈ ਬੈਠਾ ਇਹਦੇ ਬੋਰ ਕੀਤੇ ਵੇ ਉਦੋਂ ਵੀ ਡੀਐਸਪੀ ਵੀ ਆਈ ਸੀਗੀ ਇਥੋਂ ਲੈ ਕੇ ਸੈਫਲ ਪਾਣੀ ਦਾ ਭਰ ਕੇ ਤੇ 40 ਦਿਨਾਂ ਬਾਅਦ ਆਈ ਸਾਨੂੰ ਦੱਸਣ ਵਾਸਤੇ ਜਿਹੜੀ ਫਿਰੋਜ਼ਪੁਰ ਲੱਗੀ ਆ फिर असी उन्होंने आखा भी जे पुत ठीक है भी तू आई है आदि रिपोर्ट सही आई है मैं क्या ठीक है भी सही आई है तो जो तो पशु मरे से जे मलहोत्रे नहीं सी गलती उन्हें क्यों पैसे दिते इन्नी सवाह पीनी साडे पिछले फरवरी महीने 70 पशु मरे है दो दिन च सत्तर पशु दो शराब फैक्ट्री के नाल एक घर आ जी राजवीर गिल मुंडे का नाम है उन्हें वेख्या जी उन्हें सारा परिवार ही पीड़ित बीमारियां खुद के डायलिसिस होंगे जी खुद उन्होंने धर्म पत्नी है जी बीमारियां जी 10 साल हो गए पहले कोई ऐसा जो बीमारियां कोई सुनिया नहीं सी जो हम असं देखी आने साढ़े खुद परिवार के हो ही जाएगा जो पैकेट लग गए तो कंधर को जाने इन्ने दुखी है ना अं आखिर जब मर्जी है जाए फैक्ट्री बंद हो जाए तीन चीजा बन एक हाईली कैमिकल बन बहुत ज्यादा भयानक है जी सत मौत हो गई कैंसर वाले पिंड जाके वेखो कर कर चमड़ी रोग आ गले पे लोग ਅਸੀਂ ਤਾਂ ਬਹੁਤ ਦੁਖੀ ਆ ਫੈਕਟਰੀ ਤੋਂ ਮੈਡਮ ਕਿਵੇਂ ਨਾ ਕਿਵੇਂ ਇਸ ਤੇ ਬੰਦ ਕਰਾਉਣੀ ਤੇ ਬੰਦ ਹੀ ਕਰਾ ਕੇ ਰਹਿਣੀ ਆ ਕਾਰ ਨੂੰ 50 ਪਿੰਡ ਦਿਖਦੇ ਹੀ ਨਹੀਂਗੇ ਮਲੋਤਰਾ ਹੀ ਦਿਖ ਰਿਹਾ ਪਹਿਲਾਂ ਤਾਂ 4 ਮਹੀਨੇ ਇਹਨਾਂ ਦੀ ਬੋਲੀ ਬੋਲੀ ਗਈ ਸਰਕਾਰ ਪਵਨ ਬਾਂਸਲ ਦੀ ਤੁਸੀਂ ਮੈਡੀਕਲ ਰਿਪੋਰਟ ਲੈ ਲਓ ਉਹਦੀ ਮੈਡੀਕਲ ਰਿਪੋਰਟ ਲੈ ਲਓ ਉਹ ਤੁਹਾਨੂੰ ਸਾਰੇ ਨਸ਼ਰ ਹੋ ਜੂਗੀ ਉਹਦੇ ਖੁਦ ਦੇ ਡੈਲਸਿਸ ਹੁੰਦੇ ਆ ਸ਼ਰਾਬ ਫੈਕਟਰੀ 'ਚ ਰਹਿਣ ਕਾਰਨ ਐਡਾ ਕੁ ਗੰਦਾ ਮੈਡਮ ਅਸੀਂ ਨਾ ਕੋਈ ਸਤਾਏ ਹੋਏ ਲੋਕ ਆ ਜੀ ਅਸੀਂ ਦੁਖੀ ਲੋਕ ਆ ਅਸੀਂ ਕੋਈ ਇੱਥੇ ਝੂਠ ਦਾ ਪਲੰਦਾ ਜਾਂ ਅਸੀਂ ਕੋਈ ਸਿਆਸੀ ਰੋਟੀਆਂ ਨਹੀਂ ਸੇਕ ਰਹੇਗੇ ਸਾਡੇ ਤੇ ਜਿੰਨੇ ਪਰਚੇ ਹੋਏ ਆ ਇਹਨਾਂ ਦਾ ਐਮਡੀ ਪਵਨ ਬਾਂਸਲ ਕੋਲੇ ਬੈਠ ਕੇ ਧਾਰਾਂ ਲਵਾ ਰਿਹਾ ਫਲਾਣੇ ਬੰਦੇ ਦਾ ਬਾਇਓਡਾਟਾ ਖੋਲ ਕੇ ਤੇ ਇੰਨੀਆਂ ਧਾਰਾਂ ਲਾ ਦੋ ਇੰਨੀਆਂ ਤੋਂ ਧਾਰਾਂ ਲਾ ਦੋ ਦੈਟ ਮੀਨਸ ਡੈਮੋਕ੍ਰੇਸੀ ਇਜ਼ ਟੋਟਲੀ ਲੋਸਟ ਇਨ ਆਵਰ ਸਟੇਟ ਇੱਥੇ ਵਾਧੂ ਫਿਰਦੇ ਮੈਡਮ ਜੀ ਜਿਹੜੇ ਫੈਕਟਰੀ ਦੇ ਵਿੱਚ ਹੀ ਲੱਗੇ ਆ ਹੋ ਸਾਡੇ ਨਾਲ ਆਲਾ ਹੁਣ ਇਸੇ ਸਾਲ 2022 ਦੇ ਵਿੱਚ ਫਰਵਰੀ ਮਹੀਨੇ 70 ਪਸ਼ੂ ਮਰੇ ਸੀ ਇਹਨਾਂ ਦੀ ਕੈਮੀ ਚਿਮਣੀ ਚੋਂ ਕੈਮੀਕਲ ਨਿਕਲਿਆ ਪੱਠਿਆਂ ਤੇ ਪੈ ਗਿਆ ਜਦੋਂ ਇਹਨਾਂ ਨੂੰ ਪਤਾ ਲੱਗਾ ਪਸ਼ੂ ਮਰ ਗਏ ਇਮੀਡੀਏਟਲੀ ਇਹਨਾਂ ਨੇ ਉਹ ਫਾਰਮਰਾਂ ਦੇ ਅਕਾਊਂਟਾਂ 'ਚ ਜਾ ਕੇ ਪੈਸੇ ਪਾਤੇ ਉਹ ਵੈਲਾ ਬਹੁਤ ਵੱਡਾ ਇੱਕ ਖੂਹ ਆ 15 ਤੋਂ 20 ਕਿੱਲਿਆਂ ਦਾ ਉਹ ਮਤਲਬ ਆਪਣਾ ਖੂਹ ਦੇਖ ਨਹੀਂ ਰਿਹਾ ਉਹ 15 ਤੋਂ 20 ਕਿੱਲਿਆਂ ਦੀ ਮਾਈਨਿੰਗ ਆ ਪਰ ਆਪਣਾ ਖੂਹ ਨਹੀਂ ਲੱਗ ਰਿਹਾ ਉਹਦੇ ਵਿੱਚ ਰੇਤਾ ਤਿੱਕਰ ਕੱਢ ਕੇ ਹਨਾ ਜੀ ਉੱਤੇ ਸਵਾਹ ਪਾ ਕੇ ਫਿਰ ਗੰਦਾ ਪਾਣੀ ਪਾਉਂਦੇ ਆ ਜੀ ਹੈਰਾਨੀਜਨਕ ਗੱਲ ਆ ਐਸਡੀਐਮ ਨੇ ਵੈਟਨਰੀ ਡਾਕਟਰਾਂ ਤੇ ਪ੍ਰੈਸ਼ਰਾਈਜ਼ਰ ਪਾਇਆ ਤੁਸੀਂ ਰਿਪੋਰਟ ਦੇ ਵਿੱਚ ਲਿਖ ਲਓ ਜਿਹੜੇ ਇਹ ਪਸ਼ੂ ਮਰੇ ਆ ਨਾਈਟ੍ਰੇਟ ਕਰਕੇ ਮਰੇ ਆ ਅਸੀਂ ਅੱਜ ਮਾਲਬਰੋ ਫੈਕਟਰੀ ਦੇ ਬਾਹਰ ਜਿਹੜਾ ਮੋਰਚਾ ਲੱਗਿਆ ਉੱਥੇ ਆਏ ਹੈਗੇ ਆ ਫੈਕਟਰੀ ਦੇ ਰਸਤਾ ਤਾਂ ਖੁੱਲ੍ਹ ਗਿਆ ਹੋਇਆ ਹੈ ਪਰ ਅੰਦਰ ਅਜੇ ਕੋਈ ਕੰਮ ਨਹੀਂ ਹੋ ਰਿਹਾ ਅਤੇ ਆਸ ਪਾਸ ਤੁਸੀਂ ਦੇਖ ਰਹੇ ਹੋ ਅਜੇ ਲੋਕ ਬੈਠੇ ਹੈ ਇੱਥੇ ਅਸੀਂ ਦੇਖ ਰਹੇ ਹਾਂ ਜਿਵੇਂ ਮਿੰਨੀ ਸਿੱਗੂ ਬਾਰਡਰ ਹੈ ਉੱਦਾਂ ਦਾ ਮਾਹੌਲ ਹੈਗਾ ਕਿ ਸਾਰੇ ਵੱਖਰੇ ਵੱਖਰੇ ਸੇਵਾਦਾਰ ਲੱਗੇ ਹੋਏ ਨੇ ਇੱਥੇ ਬੀਬੀਆਂ ਸੇਵਾ ਇੱਥੇ ਬਰਤਨ ਦੀਆਂ ਕਰਦੀਆਂ ਪਈਆਂ ਹੈਗੀਆਂ ਤੁਸੀਂ ਸੇਵਾ ਨੂੰ ਲੱਗ ਗਏ ਹੋ ਸਵੇਰੇ ਆ ਜਾਂਦੇ ਇੱਥੇ ਨੇੜੇ ਰਹਿੰਦੇ ਹਾਂ ਜੀ ਮੈਡਮ ਨੇੜੇ ਹੀ ਹੈ ਆ ਪੈਂਟਰ ਟੋਰੋ ਹੀ ਆ ਜੀ ਹਾਂ ਜੀ ਫਿਰ ਸਵੇਰ ਤੋਂ ਰਾਤ ਰਾਤੀ ਵਾਪਸ ਚਲ ਜਾਂਦੇ ਹਾਂ ਜੀ ਸ਼ਾਮੀ ਚਲੇ ਜਾਂਦੇ ਜੀ ਹਾਂ ਜੀ ਠੀਕ ਸੋ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਸੇਵਾ ਕਰਨ ਆਏ ਹੋ ਕਿ ਲੋਕਾਂ ਨੂੰ ਜਗਾਉਣ ਆਏ ਹੋ ਲੋਕਾਂ ਜਗਾਉਣੇ ਆਏ ਪੁੱਤ 6ਵਾਂ ਮਹੀਨਾ ਸੇਵਾ ਕਾਦੀ ਕਰਨੀ ਆ ਬਿਰਧਾਂ ਨੇ ਬੈਠੇ ਆ ਪ੍ਰਸ਼ਾਦਾ ਵਰਤਾਈਦਾ ਬਤ ਜੀ ਤੁਸੀਂ ਉਹ ਸਿੰਘੂ ਬਾਰਡਰ ਤੇ ਗਏ ਸੀ ਹਾਂਜੀ ਉਦਾਂ ਦਾ ਸਿੰਘੂ ਬਾਰਡਰ ਡਿਕਰੀ ਬਾਰਡਰ ਤੇ ਗਏ ਸੀ ਡਿਕਰੀ ਗਏ ਸੀ ਉਦਾਂ ਦਾ ਮਾਹੌਲ ਬਣ ਗਿਆ ਹੈਗਾ ਹਾਂਜੀ 25 ਦਿਨ ਲਾ ਕੇ ਮਾਤਾ ਤਾਂ ਜਦ ਧਰਨੇ ਸ਼ਾਮਲ ਹੋ ਗਈ ਉਦੋਂ ਸਰੋਪੇ ਹੁਣ ਮੈਂ ਲੈ ਆਉਂਦੀ ਆ ਦਿੱਲੀ ਦਾ ਸਰੋਪੇ ਆ ਮੇਰੇ ਕੋਲੇ ਉਵੇਂ ਮੈਂ ਰਹਿਣਾ ਜਿੰਨਾ ਚਿਰ ਨਹੀਂ ਚੱਕਿਆ ਜਾਂਦਾ ਧਰਨਾ ਉਨਾ ਚਿਰ ਮੈਂ ਜਾਣਾ ਨਹੀਂ ਤੁਸੀਂ ਇੱਥੇ ਕਿਉਂ ਆਏ ਤੁਹਾਨੂੰ ਪਤਾ ਹੈ ਕਿ ਦਿੱਕਤ ਹੈਗੀ ਹੈ हरा पानी आ बच्चा जो पानी ना नहाते पहला सानू पता नहीं लगा गा फिर हां जी आ साडे जमीना थोड़ी जी वाड़ते बस
ਸਾਡੇ ਘਰੇ ਥੋੜਾ ਆਉਂਦਾ ਜੀ, ਹੁਣ ਤਾਂ ਦਸਾਂ ਪਿੰਡਾਂ 'ਚ ਆਉਣ ਲੱਗ ਪਿਆ। ਹਾਂ, ਵਿਹੜੇ ਦੇ ਵਿੱਚ ਮੋਟਰ ਲੱਗੀ, ਪਾਣੀ 'ਚ ਲਾਈਏ ਹਰਾ ਆਉਂਦਾ। ਭਗਵੰਤ ਮਾਨ ਨੂੰ ਵੀ ਵੋਟਾਂ ਪਾ ਕੇ ਬਣਾ ਤਾ, ਪਤਾ ਪਹਿਲਾਂ 1500 ਪੈਨਸ਼ਨ ਸੀ ਬਿਰਧਾਂ ਦੀ, ਆਹਦਾ 1000 ਕਰ ਦੂੰਗਾ। ਗਰੀਬ ਬੰਦਿਆਂ ਤੋਂ ਕਾਂਗਰਸ ਤੋਂ ਪੈਸੇ ਲੈ ਲਏ, ਇਹ ਤਾਂ ਪੁੱਤ ਹੁਣ ਪਹਿਲਾਂ ਤਾਂ ਸਾਨੂੰ ਚਾਨਣ ਦਿੱਕਤਾਂ ਬਹੁਤ ਚਾਹੀਦੀਆਂ। ਪਹਿਲਾਂ ਇਹ ਨਾ ਪਤਾ ਲੱਗਾ ਵੀ ਪਾਣੀ ਗੰਦਾ ਕਰਕੇ ਆ, ਝੂਠ ਨਹੀਂ ਮੈਂ ਬੋਲਣਾ। ਅਸੀਂ ਪਹਿਲਾਂ ਵੀ ਦੇਖਿਆ ਸੀ ਪਾਣੀ ਲਾਲ ਆਉਂਦਾ ਸੀ ਕਾਫੀ, ਉਹਦਾ ਸਾਨੂੰ ਪਤਾ ਨਹੀਂ ਪੁੱਤ ਲੱਗਾ, ਪਤਾ ਨਹੀਂ ਲੱਗਾ। ਹਾਂ, ਸਾਨੂੰ ਤਾਂ ਹੁਣ 8-9 ਮਹੀਨਿਆਂ ਦਾ ਪਤਾ ਲੱਗਾ ਜਦੋਂ ਫੋਕੇ। ਹਾਂ, ਹੁਣ ਪਹਿਲਾਂ ਸਾਨੂੰ ਪਤਾ ਨਹੀਂ ਲੱਗਾ ਵੀ ਪਾਣੀ ਗੰਦਾ, ਸਮਝ ਨਹੀਂ ਆਈ ਸਾਨੂੰ। ਜੇ ਤੁਸੀਂ ਇਹ ਫੈਕਟਰੀ ਲਾ ਰਹੇ ਸੀ ਉਦੋਂ ਬੜੇ ਲੋਕ ਆਏ ਸੀ ਕਹਿਣ ਕਿ ਨਾ ਲਾਓ, ਇਹਦੇ ਨਾਲ ਦਿੱਕਤਾਂ ਆਉਣਗੀਆਂ। ਸਾਨੂੰ ਤਾਂ ਕਿਸੇ ਨੇ ਨਹੀਂ ਆਖਿਆ, ਝੂਠ ਬੋਲਣ ਦਾ ਕੀ ਫਾਇਦਾ। ਪਰ ਜਦੋਂ ਤੋਂ ਇਹ ਮੋਰਚਾ ਸਟਾਰਟ ਹੋਇਆ ਨਾ 24 ਜੁਲਾਈ ਤੋਂ, ਅਸੀਂ ਉਦੋਂ ਤੋਂ ਹੀ ਇੱਥੇ ਲਗਾਤਾਰ ਆ ਰਹੇ ਹਾਂ। ਤੇ ਦਿੱਕਤ ਇਹ ਸੀ ਕਿ ਸਾਰਾ ਕੁਛ ਤੁਸੀਂ ਦੇਖ ਲਿਆ, ਲੋਕਾਂ ਦੀ ਕੀ ਮੰਗ ਹੈ ਅਤੇ ਸਰਕਾਰ ਦਾ ਕੀ ਰਵੱਈਆ ਰਿਹਾ ਅਤੇ ਪ੍ਰਸ਼ਾਸਨ ਦਾ ਕੀ ਰਵੱਈਆ ਰਿਹਾ, ਇਹ ਸਾਰਾ ਕੁਛ ਹੁਣ ਲੋਕਾਂ ਦੇ ਸਾਹਮਣੇ ਹੀ ਹੈ। ਪਰ ਜਨਤਾ ਦਾ ਏਕਾ ਜਿਹੜਾ ਇੰਨਾ ਕੁ ਜ਼ਿਆਦਾ ਵਾ ਕਿ ਸਰਕਾਰ ਵੀ ਝੁੱਕ ਗਈ ਹੈ ਅਤੇ ਪ੍ਰਸ਼ਾਸਨ ਵੀ ਝੁੱਕ ਗਿਆ। ਤਾਂ ਕਿ ਮੋਰਚੇ ਵੱਲੋਂ ਵੀ ਵਕੀਲ ਗਏ ਸੀ, ਪਰ ਗੱਲ ਇਹ ਸੀ ਕਿ ਜਿਹੜਾ ਫੈਕਟਰੀ ਦਾ ਮਾਲਕ ਹੈ ਦੀਪ ਮਲਹੋਤਰਾ, ਇਹਨੇ ਪਹਿਲਾਂ ਲੋਕਾਂ 'ਤੇ ਕੇਸ ਲਗਾ ਕੇ, ਜਦੋਂ ਉਹਨੂੰ ਪਤਾ ਲੱਗਿਆ ਕਿ ਲੋਕਾਂ ਨਾਲ ਸਿੱਧੀ ਟੱਕਰ 'ਚ ਮੈਂ ਹਾਰ ਜਾਊਂਗਾ, ਫਿਰ ਉਹਨੇ ਪੰਜਾਬ ਸਰਕਾਰ 'ਤੇ ਕੇਸ ਦਾਇਰ ਕੀਤਾ ਸੀ, ਜਿਹਦੇ ਵਿੱਚ ਚਾਹੀਦਾ ਸੀ ਕਿ ਪੰਜਾਬ ਸਰਕਾਰ ਜਿਹੜੀ ਲਗਾਤਾਰ ਦਾਅਵੇ ਕਰਦੀ ਰਹੀ ਹੈ ਕਿ ਅਸੀਂ ਧਰਨੇ 'ਚੋਂ ਨਿਕਲੀ ਸਰਕਾਰ ਆ, ਆਮ ਆਦਮੀ ਦੀ ਸਰਕਾਰ ਆ, ਵੀ ਇੱਕ ਪੱਖ ਜਿਹੜਾ ਲੋਕਾਂ ਦਾ ਉਹ ਸਰਕਾਰ ਨੇ ਰੱਖਣਾ ਸੀ। ਜਦੋਂ ਸਰਕਾਰ ਨੂੰ ਜੁਰਮਾਨਾ ਕਰ ਦਿੱਤਾ ਗਿਆ ਸੀ, ਸਰਕਾਰ ਨੇ ਡਾਇਰੈਕਟ ਜੁਰਮਾਨਾ ਭਰ ਦਿੱਤਾ, ਜਿਹੜਾ ਡਬਲ ਬੈਂਚ ਸੀ ਉਹਦੇ 'ਤੇ ਕੋਈ ਅਪੀਲ ਫਾਈਲ ਨਹੀਂ ਕੀਤੀ, ਯਾਨੀ ਕਿ ਹਾਈ ਕੋਰਟ ਦੇ ਵਿੱਚ ਲੋਕਾਂ ਦਾ ਕੋਈ ਪੱਖ ਰੱਖਿਆ ਹੀ ਨਹੀਂ ਗਿਆ ਸੀ। ਨਹੀਂ, ਬਿਲਕੁਲ ਵੀ ਨਹੀਂ ਜੀ, ਉਸ ਦਿਨ ਦੇ ਤਾਂ ਸਗੋਂ ਜਿਹੜੇ ਇੱਥੋਂ ਵਾਲਾ ਲੋਕਲ MLA ਨਹੀਂ, ਇਹਨਾਂ ਦੇ 92 ਦੇ 92 MLA ਆ ਜਿਨ੍ਹਾਂ ਨੇ ਚੁੱਪੀ ਸਾਧੀ ਹੋਈ ਸੀ, ਜਦੋਂ ਕਿ ਲੋਕ ਕਾਹਦੇ ਲਈ ਲੜ ਰਹੇ ਆ ਕਿ ਸਾਨੂੰ ਸਾਫ਼ ਪਾਣੀ ਚਾਹੀਦਾ, ਸਾਨੂੰ ਸਾਫ਼ ਹਵਾ ਚਾਹੀਦੀ, ਇਹ ਲੋਕਾਂ ਦੀ ਮੰਗ ਹੈ। ਅਤੇ ਸਰਕਾਰ ਕਿਸ ਚੀਜ਼ ਵੱਲ ਜਾ ਰਹੀ ਹੈ ਕਿ ਸ਼ਰਾਬ ਫੈਕਟਰੀ ਹੈ ਜਿਹੜੀ ਉਹ ਚੱਲਣੀ ਚਾਹੀਦੀ ਹੈ, ਸੋ ਲੋਕ ਤਾਂ ਚੱਲਣ ਨਹੀਂ ਦੇਣਗੇ, ਉਦੋਂ ਹੀ ਬੈਠਣਗੇ ਜਦੋਂ ਇਹ ਫੈਕਟਰੀ ਬੰਦ ਹੋਊਗੀ। ਇਹ ਪਾਣੀ ਦੂਰ ਤੋਂ ਲੈ ਕੇ ਆ ਰਹੇ ਆ, ਕਿਉਂਕਿ ਇਹ ਜਿਹੜਾ ਪਾਣੀ ਫੈਕਟਰੀ ਦੇ ਲਾਗੇ ਤੱਕ ਇਹ ਪੀਣ ਵਾਲਾ ਨਹੀਂ। ਲੋਕਾਂ ਦੀ ਲਗਾਤਾਰ ਮੰਗ ਇਹੀ ਰਹੀ ਹੈ ਕਿ ਜੇ ਕੋਈ ਹਾਈ ਕੋਰਟ ਦਾ ਮਤਲਬ ਐਡਵੋਕੇਟ ਹੈ, ਚਾਹੇ ਉਹ ਜੱਜ ਹੈ, ਜਿਹੜਾ ਜੋ ਵੀ ਉਹ ਕਹਿ ਰਹੇ ਆ ਜਾਂ ਮੰਤਰੀ ਕੋਈ ਵੀ ਹੈ, ਸਾਡੇ ਵਿੱਚ ਆ ਜਾਣ, ਇੱਕ ਹਫ਼ਤਾ ਲਗਾਤਾਰ ਉਹ ਪਾਣੀ ਪੀ ਲੈਣ ਅਤੇ ਅਸੀਂ ਜਿਹੜਾ ਆਪਦਾ ਧਰਨਾ ਛੱਡ ਦੇਵਾਂਗੇ। ਇੱਥੇ ਕੋਈ ਨੇੜੇ ਨਲਕਾ ਹੈਗਾ? ਇੱਥੇ ਦਾ ਫੈਕਟਰੀ ਦਾ ਲੱਗਿਆ ਹੋਇਆ। ਹਾਂ, ਇੱਥੇ ਬੋਰ ਹੈਗਾ 300 ਮੀਟਰ ਦੂਰ ਹੈ। ਵਿੱਚ ਪੁੱਤ ਨਿਰੇ ਤਾਂ ਬੋਰ ਕਰਾਈ ਬੈਠਾ, ਉੱਤੇ ਕਮਰੇ ਪਾਈ ਬੈਠਾ, ਐਡੇ ਐਡੇ ਬੋਰ ਕੀਤੇ ਵੇ ਆ। ਉਦਣ ਵੀ DSP ਵੀ ਆਈ ਸੀਗੀ ਇੱਥੋਂ, ਲੈ ਗਿਆ ਸਾਈਫਲ ਪਾਣੀ ਦਾ ਭਰ ਕੇ, ਅਤੇ 40 ਦਿਨਾਂ ਬਾਅਦ ਆਈ ਸਾਨੂੰ ਦੱਸਣ ਵਾਸਤੇ ਜਿਹੜੀ ਫਿਰੋਜ਼ਪੁਰ ਲੱਗੀ ਆ। ਫਿਰ ਅਸੀਂ ਉਹਨੂੰ ਆਖਿਆ ਵੀ ਜੇ ਪੁੱਤ ਠੀਕ ਆ ਵੀ ਤੂੰ ਆਈ ਆ, ਆਹਦੀ ਰਿਪੋਰਟ ਸਹੀ ਆਈ ਆ। ਮੈਂ ਕਿਹਾ ਠੀਕ ਆ ਵੀ ਸਹੀ ਆਈ ਆ, ਅਤੇ ਜਦੋਂ ਪਸ਼ੂ ਮਰੇ ਸੀ ਜੇ ਮਲਹੋਤਰੇ ਦੇ ਵਿੱਚ ਨਹੀਂ ਸੀ ਗਲਤੀ, ਉਹਨੇ ਕਿਉਂ ਪੈਸੇ ਦਿੱਤੇ ਜਿਨ੍ਹਾਂ ਦੇ ਪਸ਼ੂ ਮਰੇ ਸੀ? ਇੱਕ ਇੱਕ ਪਸ਼ੂ ਦੇ ਪੈਸੇ ਦਿੱਤੇ, ਕੋਈ ਸਾਨੂੰ 5-5 ਪਸ਼ੂਆਂ ਦੇ, ਕਿਸੇ ਨੂੰ 40,000 ਰੁਪਈਆ ਦੇ ਤਾ, ਕਿਸੇ ਨੂੰ 50 ਦੇ ਤਾ। ਉਹਨੇ ਫਿਰ ਕਿਉਂ ਦਿੱਤਾ? ਆਪਾਂ ਦਿੰਦੇ ਜੇ ਨਜਾਇਜ਼ ਪੈਸਾ ਨਹੀਂ ਦਿੱਤਾ ਜਾਂਦਾ ਕਿਸੇ ਨੂੰ, ਜੇ ਗਲਤੀ ਸੀ ਤਾਂ ਫੇਰ ਹੀ ਦਿੱਤੇ। ਉਹ ਪੱਠਿਆਂ ਦੇ ਉੱਤੇ ਸਵਾਹ ਪੈਂਦੀ, ਜ਼ਹਿਰੀਲੇ ਪੱਠੇ ਖਾ ਕੇ ਪਸ਼ੂ ਮਰੇ। ਦਸਾਂ ਦੇ ਵਿੱਚੋਂ ਜੀ 8 ਫੇਲ ਆਏ ਆ। ਹਾਂ, ਕਰਵਾਏ ਹੋਏ ਆ ਟੈਸਟ। ਹਾਂ ਜੀ, ਉਹ ਤਾਂ ਪਾਣੀ ਦੇਖ ਕੇ ਹੀ ਪਤਾ ਲੱਗਦਾ ਜੀ, ਮੈਨੂੰ ਨਹੀਂ ਲੱਗਦਾ ਕਿਸੇ ਵੀ ਟੈਸਟ ਦੀ ਕੋਈ ਲੋੜ ਪੈਂਦੀ ਹੈ। ਹਾਂਜੀ, ਉਹ ਹਾਈ ਕੋਰਟ 'ਚ ਵੀ ਦਾਇਰ ਕੀਤੇ ਆ, ਪਰ ਉਹ ਟੀਮ ਆ ਜਿਹੜੀ ਉਹ ਆਪਦੀ ਭੇਜ ਰਹੇ ਆ। ਪਰ ਲੋਕ ਇਹ ਕਹਿ ਰਹੇ ਸੀਗੇ ਕਿ ਜਿੰਨਾ ਚਿਰ ਸਾਡੇ ਜਿਹੜੇ ਬੰਦੇ ਫੜੇ ਹੋਏ ਸੀਗੇ ਬਿਨਾਂ ਕਸੂਰ, ਜਿਹੜੇ ਅੰਦਰ ਕਰ ਦਿੱਤੇ ਗਏ ਸੀ, ਉਹ ਰਿਹਾਅ ਨਹੀਂ ਹੁੰਦੇ। ਸਾਡੀ ਜਿਹੜੀ ਕੁਰਕੀਆਂ ਜ਼ਮੀਨਾਂ ਦੀਆਂ ਕਰਨ ਦਾ ਕਰ ਦਿੱਤਾ ਗਿਆ ਵਾ, ਜਿੰਨਾ ਚਿਰ ਸਾਡੀਆਂ ਜਮ੍ਹਾਂਬੰਦੀਆਂ ਸਾਨੂੰ ਵਾਪਸ ਨਹੀਂ ਮਿਲਦੀਆਂ ਉਨਾ ਚਿਰ ਨਹੀਂ। ਅਤੇ ਜਿਹੜੇ ਅਸਲੇ ਲਾਇਸੈਂਸ ਜਿਹੜੇ ਰੱਦ ਕਰ ਦਿੱਤੇ ਗਏ ਆ, ਉਹ ਵੀ ਸਾਡੇ ਬਹਾਲ ਕਰਕੇ ਫਿਰ ਉਸ ਤੋਂ ਬਾਅਦ ਜਿਹੜਾ ਸਹਿਯੋਗ ਕਰਾਂਗੇ। ਮਸਲਾ ਪਾਣੀ ਦਾ ਹੀ ਸੀਗਾ। ਦੇਖੋ, ਮੈਂ ਬੰਦ ਕਰ ਲਿਆ, ਬੱਚਿਆਂ ਨੂੰ ਸਾਫ਼ ਪਾਣੀ ਨਹੀਂ ਮਿਲ ਰਿਹਾ, ਪਾਣੀ ਤੋਂ ਅੱਗੇ
पानी का ही मसला तो है था, पानी दे दे कुरकी की मंग कोई नहीं हैगी, कुरकी का जो भी उन्होंने लाए थे नाल भी जो नुमाइंदगी कर रहे हैं उन्होंने जमीन कुरकी उसकी गल ही होर नहीं किसी की। हाँ जी हाँ जी इतना ना ही पिंड साढ़े जीरे हाँ जी गंदा ही आता जी साढ़े। हाँ जी ये मान लो वाहवा टाइम का ही आता रौला तो अगे पहले ही पा गल सुनी नहीं किसी ने तो। हाँ चाली पंजा डंगर मरे घटो घट भी मैडम जो इतना नौकरी करता अंदर वो थोड़ी दसूगा भी गल चली है सारे पानी दी असीं तां मोढ़ च बैठे आ पानी च मोढ़ ज्यादा जी हां 40 50 पिंड आ नेड़े नेड़े जेड़े भी साडे सारे इस पानी दी पीड़ च पता सारे 6 महीने थक गए ने इथे बैठ के। हां जी इथे हुन जिवे मेनू गल करदे लगे निराशा लग रही है ता लगदे सारे निराश होई जांदे पे ने। हां जी निराश ता होणा ही है सरकार तो निराश है पर। हां जी हां जी वी सानू 6 महीने हो गए इथे बैठ्या नु हैना ते कोई हल नहीं है जेकर दीन दे दीप तालीवाल मंत्री भी आए उन्होंने कुछ एहो जी केंगे तो लगे कि हां भी ये उन्होंने तो साडे सवालों दे जवाब ही नहीं दित्ते। ना जी उन्हें तो जवाब ही नहीं दिते गए उन्हें तो सारे सवाल पूछे उन्हें जवाब ही नहीं दिते उल्टा परचा करता जिन्होंने सवाल पूछे है इदा थोड़ी सरकार चल दिया जिदा सरकार साढ़े ना करन रही है मैडम देखो सानू 10 साल हो गए पहले कोई ऐसी बीमारियां कोई सुनिया नहीं सी जो हम असि देखी आने साडे खुद परिवार दे विच होई जांदियां कैंसर हो गया काला पीला हो गया एह जी कैंसर वाले इन्ने मरीज साडे पिंड च पुछो ही ना तुसी आ धरने दे विच 7 मौतां हो गईयां कैंसर वालियां दियां पिंड च जाके वेखो कर कर चमड़ी रोग आ गले पए लोग अस तो बहुत दुखी हैं फैक्ट्री तो मैडम किवें ना किवें अस तो बंद करवानी तो बंद ही करा के रहनी है रोटी पूरी करिए बच्चा दवाइयां दवाइए आप रोंदे हुण क्योंकि पहला खुद रिपोर्टा घरे पईआं ने इन्नी बच्चों दीआं हुण जाके पुछो उन्हां नूं वी की हाल ने ਇਥੇ ਵਾਧੂ ਫਿਰਦੇ ਮੈਡਮ ਜੀ ਜਿਹੜੇ ਫੈਕਟਰੀ ਦੇ ਵਿੱਚ ਹੀ ਲੱਗੇ ਆ ਹੋ ਸਾਡੇ ਨਾਲ ਆ ਹੁਣ ਅੱਜ ਤਾਂ ਪਰੋਲ ਇੰਨੇ ਘਰੇ ਪਏ ਨਾ ਅੱਜ ਤਾਂ ਮਰਨ ਮਜਬੂਰ ਹੋਏ ਪਏ ਸਾਡੇ ਜਦੋਂ ਸਰਪਤੀ ਨੂੰ ਕੈਂਸਰ ਕਦ ਹੋਇਆ ਇਹ ਪਗਨ ਦੇ ਪਾਣੀ ਕਰਕੇ ਜੀ ਕਦ ਹੋਇਆ ਸੀ ਇਹ ਉਹਨੂੰ ਸਾਲ ਹੋ ਗਏ ਡੈਥ ਇਹਨੂੰ ਨਹੀਂ 2 ਸਾਲ ਹੋ ਗਏ ਜੀ ਹਾਂਜੀ ਕਾਫੀ ਚਿਰੋਂ ਤੋਂ ਪ੍ਰੋਬਲਮ ਆ ਰਹੀ ਹੈ ਕਿਸ ਨੂੰ ਸਮਝ ਨਹੀਂ ਆਇਆ ਪਾਣੀ ਨਾਲ ਚੱਲ ਰਿਹਾ ਉਹ ਕਹੇ ਗਈ ਸਾਨੂੰ ਪਾਣੀ ਨਾ ਪੀਆ ਕਰੋ ਧਰਤੀ ਵਾਲਾ ਪਾਣੀ ਤੁਸੀਂ ਆਰਓ ਲਵਾ ਲਓ ਆਰਓ ਪਾਣੀ ਤੋਂ ਨਾ ਆਰਓ ਪਾਣੀ ਤੋਂ ਬਿਨਾਂ ਨਾ ਪੀਆ ਕਰੋ ਕੋਈ ਪਾਣੀ ਸਾਨੂੰ ਕਹੇ ਗਈ ਸਾਡੇ ਡੱਬੇ ਨੂੰ ਮੈਂ ਪਾਣੀ ਨਾਲ ਮਾਰੀ ਸਾਨੂੰ ਪੀਜੀਆਈ ਨੇ ਕਿਹਾ ਸੀਗਾ ਤੁਹਾਡਾ ਪਾਣੀ ਮਾੜਾ ਪਾਣੀ ਮੰਡ ਕੈਂਸਰ ਹੋਇਆ ਹੈ ਇੱਕ ਇੱਥੇ ਕੁੜੀ ਮਰੀ ਬੁੜੀ ਮਰੀ ਚੌਂਕ ਜਾ ਧੀਆਂ ਦੀ ਮਾਂ ਉਹ ਵੀ ਕਹੇ ਗਈ ਪਾਣੀ ਨਾ ਪੀਆ ਕਰੋ ਤੁਸੀਂ ਹਾਂ ਇਹ ਸਾਡੇ ਪਾਣੀ ਦਾ ਮਾਰੀ ਲੱਗ ਰਹੀ ਸਾਨੂੰ ਜਿਹੜੇ ਬੰਦੇ ਮੇਰੇ ਕਹੇ ਗਏ ਸਾਨੂੰ ਪਾਣੀ ਨਾ ਪੀਆ ਕਰੋ ਇਹ ਸਾ ਜਦੋਂ ਚੱਲਦੀ ਹੈ ਨਾ ਸਾਡੇ ਏਡੀ ਗੰਦੀ ਸਮੈਲ ਆਉਂਦੀ ਆ ਅਸੀਂ ਅੰਦਰ ਵੜ ਕੇ ਬਾਹਰ ਢੋ ਲੈਣੇ ਆ ਕਿ ਅੰਦਰ ਨਾ ਹੜ ਵੜ ਜੇ ਕਿਤੇ
इन्ने दुखी हाँ साढ़े को रिश्तेदार नहीं आ रहा इतने वो थोड़े तक गंदी हवाड़ा ही नहीं जाना उत्थे गंदी मुश्क मार दी जी सवाह निकलती है ना साढ़े धरते सिरे बुड़िया बहुकर माए कट्ठी कर दी सवाह जी साढ़े बार पैर ने जमा काले होते हैं जो खेत गड़ा मार लीड़े सारे काले होते सारे हाँ जी सवाह इन्नी आती थी इन्नी सवाह पीती साढ़े एक पिछले फरवरी महीने 70 पशु मरे है दो दिन च 70 पशु दो चल दो कल्याण कई बार माझ भी संघ उन्होंने को पेल भी है नहीं गी वो बेचारे हाथ धो बैठे सानू मिले क्या 30-30 हज़ार रुपया तो मझा लख लख रुपये देने मरिया अच्छा इन दिन घरे में तू दस लग पी तू हाँ सारी दसी जाओ शाम तक वीरे असी टीम मंगाई थी मैं सरपंच मौके से मैं जलंधर टीम मंगाई है फरवरी पर टीम आई थी वो पता की आते थोड़ी जी सवाह आ रही है कैमिकल पता नहीं कि जहरीले आ ये जम गई पट्ठिया से ये खाने तो पशु मरे मेरे नाप डॉक्टर ने गल की तो बाद तिना चौ घंटे बजा कहते ना ये फैक्ट्री फोन चला गया होगा अंत नहीं यूरिया ना मर गए मैं क्या वीरे यूरिया मैं कलो प्या देना मझ मर के विखावे झूठ पता नहीं कदों मारते इन्ने सारे झूठ ही मारी जाते डॉक्टर झूठ मार के बाद च आके नवी सरकार नवी सरकार लोकां दा दर्द समझते हुए इस नूं बंद किया जाए जी हुण देखो जी ये कारपोरेट घराना हजारां करोड़ रुपए की टर्नओवर है जी साढ़े गरीब लोगों की कित्थों चलूगी जी सानू कौन पुछदा इंडिया ते आईडिया च थोड़ा ही फर्क है जी सीएम साहब नू चाहिए मानयोग सीएम साहब सानू उन्हां ते विश्वास है मानयोग सीएम साहब ते जो चाहन तो लोगों का दर्द समझन जी एक मंसूरवाल दे विच बंदा मर गया जी कैंसर नाल पीड़ित सीगा गरीब घर सीगा वो तो इलाज नहीं होया फाया लैके मर गया जी कहानियां साडे आम है जी आ शराब फैक्टरी के नाल एक घर आ जी राजवीर गिल आ मुंडे का नाम है उन्हें वेख्या जी उन्हें सारा परिवार ही पीड़ित बीमारियां खुद के डायलिसिस होंगे जी खुद उन्होंने धर्म पत्नी है जी बीमारियां जी इदा दिए पिंड पिंड अनेक बीमारियां पानी साढ़ा पीने योग नहीं है साड़ी लड़ाई की आ साड़ी लड़ाई साफ हवा साफ मिट्टी साफ पानी साड़ी कोई निजी लड़ाई मलहोत्रा ने है नहीं साड़ी कोई निजी लड़ाई इन्हें सरकार ने है नहीं मैं खुद आम आदमी पार्टी का वलंटियर हाँ जी खुद वर्कर 2014 तो तरीका फिर सानू पता पहले छड़ दे पाए खेतों के फसल मर जाएगा फिर सिग्नल पाउन लग पे वो फिर गंदी बदबू मारती साडे पिंडा नू फिर हुण धरती छड्डिया ने पानी परे महल पे 40 किले वो जंगल ही 40 किले सारा सुक गया सुक गया सची सची गल वीरे हूँ 8 साल हो गए पानी थले पा रहे हैं हूँ इन्हें पानी वेस्ट नहीं जा रहा किलो पानी बाहर जा रहा की कर थले पा रहे दूसरी गल ये कहते जांच कराने लैबोरेटरी तो जो 50 पिंड बैठे आ जांच नहीं गई जे दसी पानी गंदा बोर कढ रहा पानी वो जांच नहीं गई हूँ आप इन्हें मिट्टी से खड़े हाँ जब आप जांच करिए कहते खड़े फिर तुक बनती कोई हम आप कहने कणक आ ये आप नहीं लैबोरेटरी चेक करिए कणक की आ दिसी जी कणक फिर लैबोरेटरी तक की मैं रख दी कोई गलत साडा गंदा पानी कढ रहा बोर चो मेरे जे 50 पिंड बैठे इतने दुखी हुए बैठे 5 महीने हो गए ठंड किन्नी उतो साडे बजुर्ग बाहर बैठे रोण आ जाता वेख ये सरकार जो 50 पिंड कहाँ तो बैठे ने 5 महीने कहाँ तो बैठे ने एक सड़क से घंटा पहला औखा होता सब तो वड्डा सबूत है जी मौके दे सरपंच आ जी जदों कोई भी डिस्टिलरी लगती है इंडस्ट्री लगती है जी उत्थे मौके ते मंजूरी लई जांदी आ कोई भी मंजूरी नहीं ली कोई पंचायती मता नहीं पिया सरपंच साहब नूं पुछ लो जिहड़ी एक पब्लिक हेयरिंग हुई आ अकाली दल ये अकाली दल वेले लगी जी कांग्रेस वाले वधी तो आम आदमी वेले आह वेखो जी आह कुछ होया भी असी दसो की चक्कर है जी ये अंदोलन आम आदमी पार्टी वेले खड़ा क्यों होया ये सब तो वड्डा सवाल आ क्यों होया वो साडे गुरु घर साडे पिंड तंत्र भगत बाबा दुनिया चंद गुरद्वारा जी उत्थे गुरु घरों लाह निकली आ जी पहला भी धरने बहुत लगे आ पर नहीं सिरे चढ़ते थे हुण जो गुरु घर निकलिया जी तो लोगों रोह जाग गया हुण देखो जी यदि पब्लिक हेयरिंग मैं तुम्हें दसदा साडे कोल पुख्ता सबूत ने जिहड़ी पब्लिक हेयरिंग आ फरीदकोट के एरिए दी आ जी फरीदकोट के बंदे आ जिवें पिंड आ जी मिड्डू मान झोटी वाला अरनिया वाला ककियाणा इदां दे अनेक पिंड आ जी फरीदकोट के
जो शराब फैक्ट्री लगी है मौके से सरपंच साहब ने पूछ लो इन्हों कोई मता पाया, कोई मता नहीं पाया जी, सारा कुछ जाली है जी, एक जाली पलंदियां उत्ते बनी हुई है जी। इस फैक्ट्री की जाँच हो बहुत कुछ निकल जाता, एक कल्ली अलकोहल फैक्ट्री नहीं हैगी, एक कैमिकल फैक्ट्री, एथनल फैक्ट्री, तो अलकोहल फैक्ट्री है, तीन चीज़ा बन दें, एक हाईली कैमिकल बनता वे बहुत ज्यादा भयानक है जी। की रहायश इलाके च आधा किलोमीटर से टटोर रोई आ, किलोमीटर से आ पिंड मनसूर वाल, रहायश इलाके च एड्डी तबाही वाली फैक्ट्री लग सकती है। चलो गल रुजगार की आ, रुजगार पैदा कर दिया, पर की रुजगार बंद जाना ज़्यादा जरूरी हो गया जी? जे बंदे ही ना रहे तो रुजगार कौन जाके नौकरियां करूंगा जी? ये शराब फैक्ट्री की वेस्टेज धरती के हजार फुट डूंगा टोए कर करके पाउंदी है जी। ये मैं साढ़े को वीडियोस है जी, जिहड़े साढ़े अंदर पिंड च लगे से भरा उन्होंने जो वेख्या वो नौकरियों तो हट गए, साढ़े को वीडियोस पईआं जिवें खंड महल च पानी पाउंदे आ, अंदर पानी पाउंदे आ जी। ये जिहड़ा सब तो वड्डा सबूत है ना इहदा एम डी आ पवन बांसल जी, पवन बांसल दी तुसीं मैडिकल रिपोर्ट लै लो, उसकी मैडिकल रिपोर्ट लै लो, वो तुहानूं सारे नशर हो जूगी। वो खुद के डायलिसिस हुंदे आ शराब फैक्ट्री च रहन कारण, वो चौबी घंटे इत्थे रहिंदा जी। इदां दे जिहड़े इन्हां दे मुलाजम ने, कई मुलाजम सारे दी इक मैडिकल मैडिकल रिपोर्ट होनी चाहिए उन्हां दी, उन्हां ओह पीड़त ने जी। ਸਾਡੇ ਪਿੰਡ ਚਾਰ ਮੁਲਾਜ਼ਮ ਫੈਕਟਰੀ ਲੱਗੇ ਨੇ, ਉਹ ਦਿਹਾੜੀਆ ਪਿਆ ਖੁਰ ਖੁਰ ਕੇ ਜਾ ਕੇ ਵੇਖੋ ਮਾੜਾ ਪਿੰਡ 'ਚ, ਤੁਸੀਂ ਤੁਹਾਨੂੰ ਵਿਖਾ ਦਿੰਦੇ ਪਿੰਡ 'ਚ ਅਸੀਂ, ਉਹ ਵਿਚਾਰੇ ਇੱਥੇ ਲੱਗੇ ਰਹੇ, ਉਹ ਚਮੜੀ ਖੁਰਕੀ ਜਾਂਦੇ ਆ, ਐਡੇ ਐਡੇ ਜਾਂ ਭੈੜੇ ਰੋਗ ਲੱਗੇ ਹੋਏ ਲੋਕਾਂ ਨੂੰ ਜੀ, ਲੋਕ ਦੁਖੀ ਹੋਏ ਬੈਠੇ, ਬਹਿਣਾ ਸੌਖਾ ਕਿਸੇ ਨੂੰ ਵੀ। रिप्रेजेंट कौन कर रही है? सरकार, सरकार दी जिम्मेवारी है। मैं मान लिया पोल्यूशन बोर्ड 100 वारी कमजोरियां रही ने, अज पहली बार नहीं आई, पोल्यूशन बोर्ड में कमजोरियां निकलदियां रही ने। मैं सिर्फ ये पूछ रही हूँ, तुसी इन्ने लोग इकट्ठे हो, इन्नी मेहनत कर रहे हो, तुसी अपना योगदान पा रहे हो, असी जांच क्यों नहीं अपनी करा रहे? असी जांच जांच करवा रहे हैं जी, सरकार करावे जांच, असी करवा रहे, सरकार का पूरा समर्थन करते हैं जी। असी आपदे बिहेव ते जांच किवें करा लईए? गरीब लोगों की दसो, कोई वड्डे अदारियां च चलदी है जी, सानू कौन पुछदा? हाँ पानी है जी, बोतल गंदा पानी पिया, मैं ले दिखा दूं। मोटर चलवा के दईए ना तो तुसी दूर होवे वेख के आ पानी कट जांदा, तुसी वेखोगे इहनूं, मैडम चलदी नहीं मोटर, मोटर मोटर कंपनी दी मोटर है जी, वो प्रशासन ने मोटर जान के साड़ती बंद करती जी। एडा गंदा मैडम, असी ना कोई सताए हुए लोग हाँ जी, असी दुखी लोग हाँ, असी कोई इत्थे झूठ दा पलंदा जां असी कोई सियासी रोटियां नहीं सेक रहे गे। सबूत सब तो वड्डा ताकतवर सबूत यह है जी, ये इंडस्ट्री है जिहड़ी, ये साडे पिंडां दे संजोग नाल नहीं लगी, पब्लिक हेयरिंग नहीं हुई, जनतक समूह कट सारा ही झूठा, झूठिया इन्हां दे सारे ही जिन्हें भी मते आ सारे झूठे आ, कोई मता नहीं पिया गया, जिन्हें भी कागज पेपर डॉक्यूमेंट सारे बने सारे फेक आ जी, सब तो वड्डा सबूत। दूजा जिहड़ा पानी का सबूत आ, पानी इन्हां ने इन्हां दी रिपोर्ट विच एक एस एम ओ कसुआना सरकारी रिपोर्ट आउंदी आ जी, वो 10 सैंपल करदे आ, 10 विचों कहिंदे आ वी 8 सैंपल फेल आ जी, ते वो बकायदा लिखदे आ कहिंदे पानी पीण योग है नहीं, पर पानी नहाउण योग भी है नहीं, ते क्लोरीन दीआं गोलियां पिंडां 'च दे के आउंदे आ। हुण सरकार दसे भी जिहड़ा पानी, इत्थे बजुर्ग खड़े होणगे, बजुर्गां नूं पुछो भी जीरे इलाके दा पानी पहलां किवें दा सीगा ते अज पानी किहो जिहा, वो पानी खराब किवें होया? सरकार तां दसे, सरकार दी जिम्मेवारी बनदी है ना, सरकार पानी खराब किवें होया? साडे कोल 10 चों 8 सैंपल फेल आ वाली रिपोर्ट हैगी आ, एक पासे रिपोर्ट आउंदी पानी फेल आ, पानी पीण योग नहीं है, एक पासे जिहड़े फैक्टरी दी रिपोर्ट आउंदी आ उहनां दे फैक्टरी चलण योग आ, दो पहलू क्यों आ इक सिक्के दे, है ना? ये दसे सरकार, सरकार की ड्यूटी बनती है जी लोगों की जान की, लोगों की माल की, लोगों की रक्षा करनी, सरकार जांच करे, सरकार इस बरीकी नाल जांच होवे, किवें फैक्ट्री लगी, किने एनओसियां दित्तियां, की गल हुई, किवें पानी खराब किया, लाइव डिटेक्ट आए, एक डिटेक्ट करने वाली मशीन आए जी धरती डिटेक्ट करे, तो देखे धरती दे विच किन्ने बोर ने, सरकार नूं चाहिए जी। ये वैसे तो बड़ा अजीब गल है क्योंकि जब भी दुनिया विच किसी इंडस्ट्री का असर आम इंसान की सेहत जिंदगी ते होंदा इस तरीके नाल 35 तो 40 फुट डूंगी पंजाब पोल्यूशन बोर्ड रलिया होया जी।
ਇਹ ਮੌਕੇ ਤੇ ਨਾ ਕਈ ਵਾਰੀ ਮੈਡਮ ਅਸੀਂ 2006 ਤੋਂ ਹੀ ਮਤੇ ਪਾ ਕੇ ਦੇ ਰਹੇ ਹਾਂ ਜੀ। ਹਾਂਜੀ ਸਾਡੇ ਕੋਲ ਬਕਾਇਦਾ ਲਿਖਤੀ ਰੂਪ ਚ ਹੈਗਾ ਜੀ, ਅਸੀਂ ਡੀ ਸੀ ਸਾਹਿਬ ਨੂੰ ਦੇ ਰਹੇ ਹਾਂ, ਅਸੀਂ ਮੰਗ ਪੱਤਰ ਦਿੱਤੇ ਆ, ਕਾਫੀ ਮੰਗ ਪੱਤਰ ਦਿੱਤੇ ਸਾਡੇ ਕੋਲ ਪਏ ਆ ਜੀ। ਤੁਹਾਨੂੰ ਇਹ ਤਾਂ ਚਲੋ ਤੁਸੀਂ ਕਹਿੰਦੇ ਹੋ ਅਕਾਲੀਆ ਸਰਕਾਰ ਵੇ ਲੱਗੀ ਦੀ ਬੜੋਤਰਾ ਵੀ ਅਕਾਲੀ ਹੈਗੇ ਨੇ ਉਸ ਟਾਈਮ ਲੱਗੀ ਤੇ ਕਾਂਗਰਸ ਨੇ ਆ ਕੇ ਵੀ ਕੁਝ ਨਹੀਂ ਕੀਤਾ? ਨਹੀਂ ਮੈਨੂੰ ਨਹੀਂ ਕੀਤਾ, ਮੈਨੂੰ ਤੁਸੀਂ ਸਾਰੇ ਦਬਾਅ ਹੇਠ ਚੰਦਾ ਲੈਂਦੇ ਇਹਨਾਂ ਤੋਂ। ਨਹੀਂ ਤੇ ਕੁਲਬੀਰ ਜੀ ਦਾ ਤੁਹਾਡੇ ਇੱਥੇ ਅੰਦਰ ਤੁਹਾਨੂੰ ਤੁਸੀਂ ਉਹਨੂੰ ਕਿਹਾ ਉਸ ਥੋੜ੍ਹੇ ਦਿਨ ਪਹਿਲਾਂ ਆਏ ਤੁਸੀਂ ਬੜਾ ਰੌਲਾ ਪਾ ਰਹੇ ਸੀ ਕਿ ਵੀ ਇੱਥੇ ਇਹ ਕਿੱਦਾਂ ਹੋ ਰਿਹਾ, ਪਰ ਉਹਨਾਂ ਦੇ ਵਕਤ ਤੁਸੀਂ ਉਹਨਾਂ ਨੂੰ ਕੰਪਲੇਂਟ ਦਿੱਤੀ ਹੈ? ਮੈਡਮ ਦੇਖੋ ਹੁਣ ਜੇ ਆਪਾਂ ਕਰੀਏ ਗੱਲ ਜਿਹੜੇ ਆਹ ਨੇਤਾ ਦੀ ਆ ਜੀ, ਸਾਡੇ ਜੀਰੇ ਦਾ ਮਤਲਬ ਕਿਸੇ ਨੇ ਵੀ ਕੋਈ ਵੀ ਜੀਰੇ ਛੱਡੋ ਪੰਜਾਬ ਦਾ ਕੋਈ ਨਹੀਂ ਬੋਲ ਰਿਹਾ ਜੀ ਕਾਰਪੋਰੇਟ ਕਰਾਉਣਾ ਵੀ ਇਹੀ ਆ। ਦੇਖੋ ਕਾਰਪੋਰੇਟ ਕਰਾਉਣੇ ਕੋ ਅੱਗੇ ਕੋਈ ਬੋਲ ਹੀ ਨਹੀਂ ਰਿਹਾ, ਬੋਲ ਹੀ ਨਹੀਂ ਆ ਸਾਡੇ ਕੋਲ ਨਾਲ ਬਾਈ ਦਵਿੰਦਰ ਸਿੰਘ ਜੀ ਅੰਮ੍ਰਿਤਸਰ ਸਤਲੁਜ ਤੋਂ। ਹਾਂਜੀ ਭਾਈ ਜੀ, ਹਾਂਜੀ ਇਹਨਾਂ ਦੇ ਕਾਰਪੋਰੇਟ ਕਰਾਣੇ ਦਾ ਮੈਡਮ ਪੁੱਛ ਰਹੇ, ਕਾਰਪੋਰੇਟ ਕਰਾਣੇ ਬੋਲ ਕਿਉਂ ਨਹੀਂ ਰਹੇਗੇ ਆਪਣੇ ਨੇਤਾ ਕਿਉਂ ਨਹੀਂ ਬੋਲੇ? ਕਬੀਰ ਜੀ ਰੋਮਨ ਇੱਥੇ ਕਿ ਵੀ 2006 ਤੋਂ ਇਹ ਮਾਮਲਾ ਚੱਲ ਰਿਹਾ ਹੈਗਾ, ਕੰਪਲੇਂਟਾਂ ਜਾ ਰਹੀਆਂ ਹੈਗੀਆਂ, ਤਾਂ ਕੋਈ ਉਸ ਟਾਈਮ ਕੋਈ ਸੁਣਵਾਈ ਨਹੀਂ ਕੀਤੀ? ਦੇਖੋ ਪਹਿਲਾਂ ਤਾਂ ਜਿਹੜਾ ਵੀ ਇੱਥੇ ਜਿੰਨੀ ਵੀ ਇੰਡਸਟਰੀਅਲ ਲੌਬੀ ਹੈ ਜੀ, ਇਹ ਆਪਾਂ ਨੂੰ ਸਮਝਣਾ ਪੈਣਾ ਇਹ ਤੇ ਜਿਹੜੀ ਟੌਪ ਬਿਊਰੋਕਰੇਸੀ ਜਿਹੜੀ ਦਿੱਲੀ ਬੈਠੀ ਜਿਹੜੀ ਪਾਲਿਸੀ ਮੇਕਿੰਗ 'ਚ ਆ, ਉਹਨਾਂ ਦਾ ਕਲੈਬੋਰੇਸ਼ਨ ਆ, ਉੱਥੋਂ ਬੈਠ ਕੇ ਪਾਲਿਸੀਆਂ ਬਣਦੀਆਂ, ਉਹ ਜਿੱਥੇ ਚਾਹੁੰਦੇ ਆ ਜਿਹੋ ਜਿਹੀ ਪਾਲਿਸੀ ਬਣਾਉਣੀ ਆ, ਉਹਦੇ ਤਹਿਤ ਹੀ ਇਹ ਜਿਹੜੀ ਇੰਡਸਟਰੀ ਕਿਤੇ ਵੀ ਵੰਡੀ ਜਾਂਦੀ ਹੈ। ਜਿਵੇਂ ਪੰਜਾਬ ਸਟੇਟ ਆ, ਸਾਡਾ ਬੜਾ ਪ੍ਰੈਸ਼ੀਅਸ ਰਿਸੋਰਸ ਆ ਜੀ ਵਾਟਰ, ਜਿਹੜਾ ਇੱਕੋ ਹੀ ਸਾਡੇ ਕੋਲ ਨੈਚੁਰਲ ਰਿਸੋਰਸ ਆ, ਅਤੇ ਉਹਦੀ ਐਕਸਪਲੋਇਟੇਸ਼ਨ ਹੋ ਰਹੀ ਹੈ ਇਹ ਇੱਕ ਪੂਰੀ ਮਤਲਬ ਇੱਕ ਤਰੀਕੇ ਦੇ ਨਾਲ। ਸੋ ਇਹ ਬੋਲਣ ਦਾ ਇੱਥੇ ਜਦੋਂ ਕੋਈ ਜੋ ਇੰਡਸਟਰੀ ਪਾਲਿਸੀ ਉਹੋ ਜਿਹੀ ਬਣ ਰਹੀ ਆ, ਉੱਥੇ ਇੰਡਸਟਰੀ ਉਹ ਜਿਹੀ ਭੇਜੀ ਜਾ ਰਹੀ ਹੈ, ਜਿਵੇਂ ਆਪਾਂ ਮੱਤੇਵਾੜੇ ਵੇਖਿਆ ਉੱਥੇ ਵੀ ਡਾਈਂਗ ਯੂਨਿਟਸ ਭੇਜ ਰਹੇ ਹਾਂ, ਹੁਣ ਇਹਦਾ ਸਾਨੂੰ ਪੰਜਾਬ ਨੂੰ ਕੀ ਫਾਇਦਾ? ਸਾਡਾ ਪਾਣੀ ਲੁੱਟ ਲਿਆ ਤੁਸੀਂ, ਜਿਹੜੀ ਉਹਦੇ ਤੋਂ ਜਿਹੜੀ ਇਨਕਮ ਜਨਰੇਟ ਹੋਣੀ ਆ ਉਹ ਸਾਡੇ ਕੰਮ ਨਹੀਂ ਆਉਣੀ, ਟੈਕਸਿਸ ਸੈਂਟਰਲ ਗਵਰਨਮੈਂਟ ਲੈ ਗਈ, ਜਿਹੜੇ ਜੋਬ ਕ੍ਰੀਏਸ਼ਨ ਹੋ ਰਹੀ ਆ ਉਹ ਸਾਡੇ ਪੱਧਰ ਦੀ ਨਹੀਂ, ਉਹ ਸਾਰੀ ਜਿਹੜੀ ਪੂਰਬੀ ਆ ਜਿਹੜੀ ਹੈਗੀ ਆ ਉਹ ਲੇਬਰ ਆ ਕੇ ਉੱਥੇ ਜੋਬ ਕਰਦੀ ਆ। ਸਾਡਾ ਜਿਹੜਾ ਪੰਜਾਬੀ ਆ, ਜਿਹੜਾ ਪੰਜਾਬ ਦਾ ਯੂਥ ਆ, ਉਹਦੀਆਂ ਜਿਹੜੀਆਂ ਐਸਪੀਰੇਸ਼ਨ ਨੂੰ ਮੀਟ ਕਰਦੀ ਕੋਈ ਇੰਡਸਟਰੀ ਸਾਨੂੰ ਨਹੀਂ ਦਿੱਤੀ ਜਾ ਰਹੀ, ਉਹ ਬਾਹਰ ਨੂੰ ਭੱਜਿਆ ਜਾ ਰਿਹਾ, ਉਹ ਕੋਈ ਇੱਕ ਮਤਲਬ ਆਪਾਂ ਜੇ ਮੋਟੇ ਤੌਰ 'ਤੇ ਦੇਖੀਏ ਜੇ ਆਪਾਂ ਅੱਗੇ ਇਹ ਸੀ ਵੀ ਕਿਤੇ ਉਹ ਇਕੱਲੇ ਇੱਕ ਸਿੱਖਾਂ 'ਚੋਂ ਹੋ ਰਹੀ ਆ, ਇਵੇਂ ਤਾਂ ਨਹੀਂ। ਜਿਹੜੇ ਤੁਸੀਂ ਨਵੇਂ ਅੰਕੜੇ ਆ ਤੁਸੀਂ ਜਿਹੜੇ ਆਈਲੈਟਸ ਦੇ ਜਿਹੜੇ ਬ੍ਰਿਟਿਸ਼ ਵਾਲਾ ਇੱਕ ਦੋ ਆ ਜਿਹੜੇ ਉਹ ਟੈਸਟ ਲੈਂਦੇ ਆਈਲੈਟਸ ਵਾਲੇ, ਉਹਨਾਂ ਤੋਂ ਅੰਕੜੇ ਲਓ, ਤੁਹਾਨੂੰ ਪਤਾ ਲੱਗੂ ਹਰੇਕ ਵਰਗ ਜਿਹਦੇ ਕੋਲ ਪੰਜਾਬ ਦੇ ਕੋਲ ਮਾੜਾ ਮੋਟਾ ਵੀ ਰਿਸੋਰਸ ਆ, ਉਹ ਇੱਥੇ ਰਹਿ ਨਹੀਂ ਰਿਹਾ ਬੱਚਾ। ਸੋ ਇਹਦੇ ਉਲਟ ਸਾਰੀ ਗੱਲ ਨੂੰ ਸਮਝਦੇ ਹੋ, ਜਿਹੜੀ ਹੁਣ ਹਾਈ ਕੋਰਟ ਵੱਲੋਂ ਨਵੀਂ ਕਮੇਟੀ ਆਈ ਹੈ ਅਤੇ ਉਹ ਹੁਣ ਜਾਂਚ ਕਰੇਗੀ, ਉਸ ਜਾਂਚ ਦੇ ਉੱਤੇ ਤੁਸੀਂ ਲੋਕ ਨਜ਼ਰ ਰੱਖੋਗੇ ਨਹੀਂ ਰੱਖੋ? ਮੈਂ ਕੋਈ ਸਭ ਤੋਂ ਇਹ ਪੁੱਛਣ ਦੀ ਕੋਸ਼ਿਸ਼ ਕਰੀ ਕਿ ਅਸੀਂ ਆਪਣੇ ਹੱਕਾਂ ਵਾਸਤੇ ਇਹ ਕਹਿਣਾ ਬੜਾ ਸੌਖਾ ਹੈ ਕਿ ਹਾਂ ਦੇਖੋ ਪਾਣੀ ਗੰਦੇ ਦੀ ਬੋਤਲ ਹੈਗੀ ਆ, ਅਦਾਲਤਾਂ ਇਹ ਨਹੀਂ ਮੰਨਦੀਆਂ, ਅਦਾਲਤਾਂ ਕਹਿੰਦੀਆਂ ਉਹ ਚਲਦੇ ਪਾਣੀ ਤੋਂ ਵੀਡੀਓ ਸਹਿਤ ਪਾਣੀ ਲਿਆ ਜਾਏ ਫਿਰ ਉਹ ਜਾਂਚ ਲੈਬ ਤੋਂ ਆਏ। ਹੁਣ ਜਿਹੜੀ ਨਵੀਂ ਜਾਂਚ ਹੋ ਰਹੀ ਹੈ ਉਹਦੇ ਵਿੱਚ ਇਹ ਦੇਖਣ ਲਈ ਕਿ ਫਿਰ ਕੋਈ ਹੇਰਫੇਰ ਨਾ ਹੋ ਜਾਏ, ਤੁਸੀਂ ਲੋਕ ਕੁਛ ਕਰ ਰਹੇ ਹੋ ਉਹਦੇ ਵਿੱਚ, ਕੋਈ ਕਮੇਟੀ ਉਸ ਚੀਜ਼ 'ਤੇ ਧਿਆਨ ਰੱਖ ਰਹੀ ਹੈਗੀ ਹੈ, ਇੱਕ ਪੈਰਲਲ ਜਾਂਚ ਆਪਣੇ ਆਪ ਵੀ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਇਹ ਚੀਜ਼ਾਂ ਵੀ ਕਰਨੀਆਂ ਬਹੁਤ ਜ਼ਰੂਰੀ ਨੇ? ਦੇਖੋ ਇੱਕ ਤਾਂ ਜਿਹੜੀਆਂ ਕਮੇਟੀਜ਼ ਬਣੀਆਂ ਉਹਨਾਂ 'ਚ ਸਾਡੇ ਬੰਦੇ ਦੋ ਜਾਣੇ ਹੈਗੇ ਆ, ਉਹਦੇ ਵਿੱਚ ਅਸੀਂ ਜਿਹੜੀ ਮੇਨ ਮੰਗ ਕਰ ਰਹੇ ਹਾਂ ਇੱਕ ਗੱਲ ਨੂੰ ਸਮਝੀਏ, ਕਿਉਂਕਿ ਜਿਹੜੀ ਇਹ ਜਿਹੜਾ ਇਹਦਾ ਪਲਿਊਟੈਂਟ ਆ ਉਹ ਮੇਜਰ ਔਰਗੈਨਿਕ ਕੰਪਾਊਂਡਸ ਹੈਗੇ ਆ, ਉਹ ਸਮੇਂ ਨਾਲ ਡਿਲਿਊਟ ਹੋ ਗਿਆ ਪਾਣੀ ਦੇ ਵਿੱਚ, ਹੁਣ ਸਮਾਂ ਪੈ ਗਿਆ 6 ਮਹੀਨੇ ਦਾ, ਪਹਿਲੀ ਰਿਪੋਰਟ ਵੀ 24 ਦਿਨਾਂ 'ਤੇ ਲਈ ਗਈ ਆ, 24 ਦਿਨਾਂ 'ਚ ਵੀ ਉਹ ਡਿਲਿਊਸ਼ਨ ਹੋ ਗਈ ਸੀ, ਜਦਕਿ ਜਿਹੜੀ ਉੱਥੇ ਰਿਪੋਰਟ ਜਿਹੜੀ ਇਹਨਾਂ ਨੇ NGT ਦੀ ਰਿਪੋਰਟ ਕਹਿ ਕੇ ਭੇਜੀ ਆ ਉਹ NGT ਦੀ ਨਹੀਂ ਸੀ, ਮੋਨੀਟਰਿੰਗ ਕਮੇਟੀ ਦੀ ਸੀ, ਉਹਦਾ ਇੱਕ ਟੇਬਲ ਹੈਗਾ ਮੈਂ ਸ਼ਾਇਦ 2.8, ਉਹਦੇ ਵਿੱਚ ਜਿਹੜਾ ਬੋਰ ਪ੍ਰਿੰਸਿਸ ਦੇ ਨੇੜੇ ਆ ਫੈਕਟਰੀ ਦੇ, ਉਹਦੇ ਵਿੱਚ ਕੰਟੈਮੀਨੇਸ਼ਨ ਹੈਗੀ ਆ ਉਹ ਰਿਪੋਰਟ ਬੋਲ ਰਹੀ ਆ, ਜਿਵੇਂ ਜਿਵੇਂ ਦੂਰ ਜਾਓਗੇ ਉਹ ਡਿਲਿਊਸ਼ਨ ਹੋਈ ਵੀ ਆ। ਸੋ ਅਸੀਂ ਇਹਦੇ ਨਾਲ ਹੀ ਮੰਗ ਇਹ ਕਰ ਰਹੇ ਹਾਂ ਵੀ ਇੱਥੇ ਜਿਹੜੀ ਇੱਕ ਬੋਰ ਡਿਟੈਕਸ਼ਨ ਮਸ਼ੀਨ ਲਿਆਉਣ, ਅੰਡਰਗਰਾਊਂਡ ਬੋਰ ਡਿਟੈਕਸ਼ਨ ਮਸ਼ੀਨ ਪੰਜਾਬ ਪੋਲਿਊਸ਼ਨ ਬੋਰਡ ਖਰੀਦੇ, ਸਰਕਾਰ ਖਰੀਦੇ, ਉਹ ਹੋਇਆ ਕੀ ਆ ਰਿਵਰਸ ਬੋਰਿੰਗ 'ਤੇ ਬੋਰ ਫੜਨੇ ਪੈਣੇ ਆ ਸਾਨੂੰ ਕਿੰਨੇ ਬੋਰ ਆ, ਹੁਣ ਮੰਨ ਲਓ 4 ਬੋਰਾਂ ਨਾਲ ਇਹਨਾਂ ਨੇ ਪਾਣੀ ਕੱਢਿਆ ਜਾਂ 5 ਨਾਲ ਕੱਢਿਆ 10 ਨਾਲ ਕੱਢਿਆ, ਜੇ ਇੱਥੇ ਬੋਰ ਹੀ 25-30 ਹੋਏ ਹੋਏ ਆ ਫਿਰ ਇਹਦਾ ਮਤਲਬ ਉਹ ਥੱਲੇ ਪਾ ਰਹੇ ਆ ਨਾ। ਸੋ ਅਸੀਂ ਉਹ ਦੇਖੋ ਇੰਸਪੈਕਸ਼ਨ ਤਾਂ ਜਿਹੜੀਆਂ ਟੀਮਾਂ ਆ ਰਹੀਆਂ ਜੀ ਉਹ ਫਿਰ ਇੱਕ ਨੈਕਸਸ ਵੀ ਆਪਾਂ ਨੂੰ ਪਤਾ ਹੈ ਵੀ ਉਹ ਜਿਹਨੇ ਜੱਜਮੈਂਟ ਕਾਹਦੇ ਬੇਸ 'ਤੇ ਹੋਣੀ ਆ, ਉਹ ਤਾਂ ਜਿਹੜੇ ਥੱਲੋਂ ਫੈਕਟ ਲੈ ਗਏ, ਹੁਣ ਉਹ ਸਾਰੀ ਜਿਹੜੀ ਥੱਲੇ ਲੈਵਲ ਤੱਕ ਸਿਸਟਮ ਸਾਡਾ ਕਰਪਟ ਹੋਇਆ ਹੋਇਆ,
ਇਹ ਜਿਹੜੇ ਇੰਡਸਟਰੀਅਲ ਲੌਬੀ ਆ ਜਿੰਨੀ ਵੀ मैं कल आए थे जी, मैं बाकी फैक्ट्स मैं थोड़ा क्लीयर कर दिना, मैं कल है नहीं सी इत्थे ते मैं मिल के दस दिना। साडा जिहड़ा मेन मतलब ये आ कि साड़ी जी है एक तो इतने ग्राउंड बोर डिटेक्शन कर जो हम कल सैंपल लैन गए तो जिम्मे मैं थोड़ा दस्या डिल्यूट हो गया। दूजा यदा दूसरा जोड़ा एक होर फैक्ट जो इंपैक्ट आखना पैना भी इस इलाके एनवायरमेंटल इंपैक्ट की आते इन्होंने कमेटीज तो बनाई अड अड भी एक पशुओं बाबत देखूगी एक दूजे देखूगी। असी ये भी मंग करा एक ओवरऑल इंपैक्ट कमेटी हो क्योंकि असी कहने भी साढ़े इलाके जोड़े बीमारियां ज्यादा हैं पशुओं दॉब्लम ज्यादा है ये क्योंकि ये ही मैं थोड़ा दसा जी इंडस्ट्री आ जी है आम तो शीरे तो अलकोहल बनती है शीरे तो जी अलकोहल बनती तकरीबन नैचुरल जहा प्रोसैस हों भी केन तो बन गई ये की बनाए बनाए है अनाज तो वह जो कार्बोहाइड्रेट आहला कार्बोहाइड्रेट में वक् किस्म के जवाणु ला के तो उन्होंने ग्लूकोज बदलिया जाता सानू यह भी खदशा हैगा जिहड़ियां रिसर्चिज है बार भी ये जेनेटिकली मॉडिफाइड जोड़े है ऑर्गेनिजम वरते जाते जवाणु ताकि उसकी एफिशिएंसी वधे। हुण उहदा जिहड़ा एनवायरमेंटल इंपैक्ट उह पानी चों तां निकलना नहीं उह तां हवा दे विच आ क्योंकि इत्थे हुण पशु मरे आ जी 70 मईआं इक्को दम मरीआं उहनां नूं इहनां ने सिर्फ इह कहता वी सवाह नाल मर गईआं साडी समझ आम जटकी भाषा च इहनां ने कहता जी नहीं नाइट्रोजन पाती जदकि उह इंपैक्ट सानूं उहदे वास्ते वी असीं मंग करांगे हुण जिवें जिवें अगे चलदा असीं उह एनवायरमेंट असैस कमेटी दी मंग करदे आ। जदों फैक्ट लग्गे तां गांदरां दे कोल जाणे हुंदे इन्ने दुखी आ ना ही ਆਖਿਰ ਜਦ ਮਰਜੀ ਹੈ ਜਾਂ ਫੈਕਟਰੀ ਬੰਦ ਹੋ ਜਾਏ ਤੇ ਵਾਟਰ ਦਾ ਟੀਡੀਐਸ 2000 ਪਲੱਸ ਆ ਰਿਹਾ 2000 ਪਲੱਸ ਦੈਟ ਇਜ਼ ਟੋਟਲ ਅਲਕਲਾਈਨ ਵਾਟਰ ਐਂਡ ਕੈਮੀਕਲ ਵਾਟਰ ਜਿਹੜਾ ਆਪਾਂ ਧਰਤੀ 'ਚ ਵੀ ਸਟਾਂਗੇ ਨਾ ਉਹ ਧਰਤੀ ਦੀ ਜਿਹੜੀ ਪੀਐਚ ਲੈਵਲ ਹੈ ਜ਼ਮੀਨ ਦਾ ਉਹਨੂੰ ਵੀ ਖਰਾਬ ਕਰ ਦਿੰਦਾ ਉਹ ਲੈਵਲ ਆ ਮਾਲਬ੍ਰੋਸ ਨੇ ਸਾਡਾ ਕਰਕੇ ਰੱਖਤਾ ਤੇ ਸਰਕਾਰ ਇਸ ਗੱਲ ਤੇ ਹੀ ਨਹੀਂ ਆ ਰਹੀ ਵੀ ਇਹਨੂੰ ਮੈਂ ਬੰਦ ਕਰਦਾ ਸਰਕਾਰ ਨੂੰ 50 ਪਿੰਡ ਦਿਖਦੇ ਹੀ ਨਹੀਂਗੇ ਮਲੋਤਰਾ ਹੀ ਦਿਖ ਰਿਹਾ ਪਹਿਲਾਂ ਤਾਂ 4 ਮਹੀਨੇ ਇਹਨਾਂ ਦੀ ਬੋਲੀ ਬੋਲੀ ਗਈ ਸਰਕਾਰ भी चली जान दो इंडस्ट्री चली जान दो किसी गल पासे आई नहीं साड़िया तो जमीन जब्त तिकर कोर्ट आ गया सीगा इन्हां नाल रल के सरकार ना ते मलोत्रे ने हर पासे हर चीज़ खरीदी आ साडा फिरोजपुर का टोटल एडमिनिस्ट्रेशन इन्हां नाल रलिया होया जी टोटल एडमिनिस्ट्रेशन साढ़े तो जिन्ने परचे हुए आ इन्हां दा MD पवन बांसल कोले बैठ के तारा लवा रहा फलाने बंदे दा बायोडाटा खोल के तो इन्नी तारा ला दो इन्नी तो तारा ला दो दैट मीनस डेमोक्रेसी इज टोटली लॉस्ट इन अवर स्टेट तो फिर लोग मैडम रहनगे किवें जे कारपोरेट ही आपका साम्राज खड़ा कर लेंगे इट मीनस भगवंत मान इज नॉट रनिंग अ गवर्नमेंट मल्होत्रा इज रनिंग पंजाब गवर्नमेंट आई फील सो इन्ना माड़ा हाल करता तो फिर तो मैडम असं कहने भी गवर्नर राज ला दो इतने जे CM नहीं संभाल सकता स्टेट न क्यों सानू मारते हैं तुम साढ़े 50 पिंड की जिंदगी दाते लगी हुई है तो जिदी ह्यूमन वैल्यू की मैडम कि कदर होंगी है ये चीज़ा पुछने वाला हो बहरली कंट्रिया जाके उन्होंने तो सीख के आओ जी बंदे की कदर कि जानते हैं ये कदर की जानते हैं मैडम बंदे की किनिया मौतें हो रही पशु मरे आ जोड़े मैडम साढ़े 70 पशु मरे से एक थोनों मैं सच्चाई दसदा मैं अज मसूरवाल पिंड दे विच इस साल 2022 दे विच फरवरी महीने 70 पशु मरे सी इन्हां दी कैमिक चिमनी चों कैमिकल निकलिया पठियां ते पै गया ते ओ फार्मर कोले इन्ना टाइम इहनां ने कटिंग करके अपने चारा पशुओं नूं पाता मर गए जदों इन्हां नूं पता लगा पशु मर गए इमीडिएटली इन्हां ने वह फार्मरां दे काउंटां च जाके पैसे पाते पैसे भी पाते काउंटा दे विच जाके ते फिर जदों उहदी फॉरेक्स रिपोर्ट तैयार हुई किवें मरे आ हैरानीजनक गल आ SDM ने वैटनरी डॉक्टरां ते प्रेशराइज़र पाया तुसीं रिपोर्ट दे विच लिख लो जिहड़े इह पशु मरे आ नाइट्रेट करके मरे आ नाइट्रोजन करके मरे आ नाइट्रेट करके मरे आ भी दूधरू नहीं फैक्टरी के कैमिकल करके नहीं मरे SDM ने वैटनरी डॉक्टर कंपेल किया तो वैटनरी डॉक्टर ने सानू बाद दसता भी मालब्रॉस के कहते SDM ने सानू कहा भी साड़ी मजबूरी है इतों तिकर ये मालब्रॉस वाले गिरे हुए है भी साढ़े अगेंस्ट कोई इन्हों प्रूफ ना मिल जाए जे तुम फिर सच्चे से फिर तुम फार्मर के अकाउंटा पैसे क्यों पाने तुम ना पाते फार्मर के अकाउंटा च पैसे आपे सच आपे निकल आता जितों निकलना सो मैडम यह इंडस्ट्री बंद होनी चाहिए है।
ਇੱਥੋਂ ਨੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਕਹਿਣਾ ਚਾਹੁੰਦੇ ਹਾਂ ਇਹ ਸਾਡੇ 50 ਪਿੰਡਾਂ ਨੂੰ ਬਰਬਾਦ ਕਰਕੇ ਰੱਖ ਦੂਗੀ। ਸਾਨੂੰ ਜ਼ਮੀਨਾਂ ਵੇਚਣੀਆਂ ਪੈ ਜਾਣੀਆਂ ਇੱਥੋਂ, ਸਾਨੂੰ ਇਹ ਛੱਡਣਾ ਪੈ ਜਾਣਾ ਇਲਾਕਾ। ਵੀ ਅਸੀਂ ਸੀਐਮ ਸਾਹਿਬ ਨੂੰ ਵਾਰ ਵਾਰ ਬੇਨਤੀਆਂ ਕਰਕੇ ਆਉਂਦੇ ਹਾਂ ਇਸ ਇੰਡਸਟਰੀ ਨੂੰ ਬੰਦ ਕਰ ਦਿਓ। ਹੁਣ ਤਾਂ ਮੈਡਮ ਸੀਐਮ ਸਾਹਿਬ ਦੇ ਹੱਥ 'ਚ ਗੇਮ, ਪਹਿਲਾਂ ਹਾਈ ਕੋਰਟ ਦੇ ਸੀਗੀ, ਹੁਣ ਤਾਂ ਮੈਂ ਸੁਣਿਆ ਵੀ ਸੀਐਮ ਸਾਹਿਬ ਦੇ ਹੱਥ 'ਚ। ਫਿਰ ਮੈਡਮ ਲਾਅ ਹੈਗਾ ਇੱਕ, ਲਾਅ ਆਫ ਪਬਲਿਕ ਨਿਊਸੈਂਸ। ਇਹ 40-50 ਪਿੰਡ ਨਹੀਂ ਚਾਹੁੰਦੇ ਕਿ ਇੰਡਸਟਰੀ ਸਾਡੇ ਕੋਲ, ਮਤੇ ਪਏ ਆ ਸਾਡੇ ਕੋਲ, ਪੰਚਾਇਤੀ ਮਤੇ ਪਏ ਆ, ਕਾਰਵਾਈ ਰਜਿਸਟਰ ਦੇ ਮਤੇ ਪਏ ਆ, ਵੀ ਡੋਂਟ ਵਾਂਟ ਦਿਸ ਇੰਡਸਟਰੀ। ਫਿਰ ਤੁਸੀਂ ਇਹਨੂੰ ਬੰਦ ਕਰੋ, ਉਹਦੀਆਂ ਐਨਓਸੀਆਂ ਕੈਂਸਲ ਕਰੋ। ਅਤੇ ਮੈਡਮ ਲੋਕਾਂ ਨਾਲ, ਲੋਕਾਂ ਦੀਆਂ ਜ਼ਿੰਦਗੀਆਂ ਦਾ ਸਵਾਲ ਆ, ਹਿਊਮਨ ਦੀ ਲਾਈਫ ਤੋਂ ਉੱਤੇ ਕੁਛ ਨਹੀਂ ਹੁੰਦਾ ਜੀ। ਕਿਸੇ ਹਿਸਾਬ ਨਾਲ ਸੀਐਮ ਸਾਹਿਬ ਨੂੰ ਬਹੁਤ ਗੰਭੀਰਤਾ ਨਾਲ ਲੈਣਾ ਪੈਣਾ ਇਹ ਮੁੱਦਾ, ਨਹੀਂ ਤਾਂ ਬੈਟਲ ਇਹ ਮੈਡਮ ਪੰਜਾਬ ਲੈਵਲ ਦੀ ਬਣਨੀ ਆ, ਉਸ ਤੋਂ ਬਾਅਦ ਇੰਡੀਆ ਲੈਵਲ ਦੀ ਬਣ ਜਾਣੀ ਹੈ। ਅਸੀਂ ਮੁਸਲਮਾਨ ਪੰਜਾਬ ਦੇ ਰਹਿਣ ਵਾਲੇ, ਸਾਨੂੰ ਬਹੁਤ ਦੁੱਖ ਹੋ ਰਿਹਾ ਹੈ। ਅਸੀਂ ਪਾਕਿਸਤਾਨ ਦੇ ਵਿੱਚ ਇੱਥੇ ਜਾ ਨਹੀਂ ਸਕਦੇ, ਕੈਨੇਡਾ ਨੂੰ ਜਾ ਰਹੇ ਹੈ, ਅਮਰੀਕਾ ਦਾ ਆਪਸ ਵਿੱਚ ਲੈਣਾ ਚੱਲਦਾ, ਆਪਸ ਵਿੱਚ ਸਮਝੌਤੇ ਹੁੰਦੇ ਹੈ, ਬਾਤਚੀਤ ਕਰਦੇ ਹੈ, ਐਂਟਰੀ ਮਾਰਦੇ ਬਾਰਡਰ ਨਿਕਾਲਦੇ ਹੈ, ਸਾਨੂੰ ਤਾਂ ਲੰਘਣੀ ਦਿੰਦੇ ਬਾਰਡਰ 'ਤੇ, ਸਾਡੀ ਮੋਹਰ ਇੱਥੇ ਬਾਰਡਰ 'ਤੇ ਲੱਗਣੀ ਚਾਹੀਦੀ ਹੈ। ਪਾਕਿਸਤਾਨ ਜਾਣ, ਸਮਾਨ ਸਾਡਾ ਜਾਵੇ, ਸਾਡੇ ਲੋਕ ਖੁਸ਼ਹਾਲ ਹੋਣ, ਪੰਜਾਬ ਦੇ ਕਿਸਾਨ ਖੁਸ਼ਹਾਲ ਹੋਣ, ਸਾਰੇ ਲੋਕ ਖੁਸ਼ਹਾਲ ਹੋਣ। ਕੈਨੇਡਾ ਨੂੰ ਤਾਂ ਭੇਜ ਰਿਹਾ, ਦੂਰ ਨੂੰ ਜਾ ਰਿਹਾ, ਇੱਦਾਂ ਬਾਰਡਰ ਨਹੀਂ ਖੋਲ੍ਹਦੇ ਪਾਕਿਸਤਾਨ ਵਾਲਾ। ਪਾਕਿਸਤਾਨ ਇਹ ਵਿਤਕਰਾ ਕਰਦੇ ਹੈ, ਭਾਈ ਗੌਰਮੈਂਟ ਮੋਦੀ ਕੀ ਕਰਦੀ ਹੈ, ਉਹ ਅੱਤਵਾਦੀ ਆਉਂਦੇ ਆ, ਉਹ ਵੱਖਵਾਦੀ ਆਉਂਦੇ ਆ, ਸਾਨੂੰ ਡਰਾ ਰਹੇ ਆ, ਸਾਰੀਆਂ ਸਰਕਾਰਾਂ ਸਾਨੂੰ ਬਹੁਤ ਤੰਗ ਕਰ ਰਹੇ ਆ, ਸਾਡੇ ਮੁਸਲਿਮ ਭਾਈ ਉੱਧਰ ਸਾਡੇ ਪਾਕਿਸਤਾਨ 'ਚ ਰਹਿ ਰਹੇ ਆ, ਪੰਜਾਬੀ ਇੱਧਰ ਮਸਰਾਜ 'ਤੇ ਬਾਹਰ ਮਿਲਦੇ ਆ, ਅਸੀਂ ਅਮਰੀਕਾ ਜਾ ਕੇ, ਮੈਂ ਸਾਊਦੀ ਜਾ ਕੇ ਆਇਆ, ਉੱਥੇ ਪਾਕਿਸਤਾਨ ਮਿਲਦੇ ਆ, ਇਹ ਸਾਨੂੰ ਜਾਣ ਨਹੀਂ ਦਿੰਦੇ, ਸਾਨੂੰ ਬਾਰਡਰ ਨੇੜੇ ਨਹੀਂ ਜਾਣ ਦਿੰਦੇ, ਸਾਨੂੰ ਬਹੁਤ ਇਹ ਦੁੱਖ ਹੋ ਰਿਹਾ। ਜੇ ਬਾਰਡਰ ਖੁੱਲ੍ਹ ਜਾਏ ਸਾਡੇ ਕਿਸਾਨ, ਜੇ ਕਿਸਾਨ ਹੈ ਉਹ ਵੀ ਖੁਸ਼ਹਾਲ ਹੋ ਜਾਣਾ, ਮਾਲ ਵਿਕੇ, ਆਲੂ 100 ਰੁਪਏ ਕਿਲੋ ਹੈ, ਇੱਧਰ ਆਲੂ ਸਸਤਾ ਹੈ, ਸਬਜ਼ੀਆਂ ਸਸਤੀਆਂ, ਉੱਧਰ ਮਹਿੰਗੀਆਂ, ਅਤੇ ਸਿੱਧਾ ਮਾਲ ਜਾਵੇ ਗੁਜਰਾਤ ਵਿੱਚ ਦੀ ਆਉਂਦਾ ਮਾਲ, ਦੂਰ ਦੀ ਆਉਂਦਾ, ਨੇੜੇ ਦੀ ਕਿਉਂ ਨਹੀਂ ਜਾ ਰਿਹਾ, ਜਾਣਾ ਚਾਹੀਦਾ ਨੇੜੇ ਦੀ, ਸਾਡਾ ਖੁਸ਼ਹਾਲ ਹੋ ਜਾਈਏ, ਨਾਲੇ ਵਪਾਰੀ ਖੁਸ਼ ਹੋ ਜਾਣ, ਨਾਲੇ ਜਿਹੜੀ ਲੇਬਰ ਹੈ ਇਹ ਰੱਜ ਲਏ, ਟਰਾਂਸਪੋਰਟ ਟਰੱਕਾਂ ਵਾਲੇ ਰੱਜ ਲੈਣ, ਸਾਡੇ ਗੱਡੀਆਂ ਸਾਡੇ ਕੋਲ ਹੈ, ਗੱਡੀਆਂ ਸਿੱਧੀਆਂ ਜਾਣ ਇਹਦੇ ਵਿੱਚ ਬਾਰਡਰ ਪਾਰ ਕਰਨ, ਅਤੇ ਖੁਸ਼ਹਾਲ ਸਾਰਾ ਹੋ ਜਾਵੇ। ਸਾਨੂੰ ਦੁੱਖ ਬਹੁਤ ਹੈ, ਬਾਰਡਰ ਖੁੱਲ੍ਹਣਾ ਚਾਹੀਦਾ, ਇਸ ਪਾਕਿਸਤਾਨ ਬਾਰਡਰ 'ਤੇ ਬੈਠੇ ਅਸੀਂ, ਬਾਰਡਰ ਉੱਤੇ ਬੈਠੇ ਅਸੀਂ, ਬਾਰਡਰ ਖੁੱਲ੍ਹਣਾ ਚਾਹੀਦਾ, ਇਹ ਜ਼ਰੂਰ ਸਾਡਾ ਬੇਨਤੀ ਕਰਕੇ ਕਰਦੇ ਹਾਂ ਅਸੀਂ, ਸਾਰੀ ਪੰਜਾਬ ਨੂੰ, ਸਾਰੀ ਸਰਕਾਰ ਨੂੰ, ਸਾਰੀ ਬੇਨਤੀ ਕਰਦੇ ਹਾਂ ਵੀ ਸਾਡਾ ਬਾਰਡਰ ਖੁੱਲ੍ਹਣਾ ਚਾਹੀਦਾ। ਇਲਾਕੇ ਦੇ ਲੋਕਾਂ ਨੇ ਇੱਕ ਕੰਪਲੇਂਟ ਕਰਤੀ, ਠੀਕ ਹੈ, ਜਿਹੜਾ ਸਾਡਾ ਢਾਂਚਾ ਹੈ, ਜਿਹੜੀ ਸਾਡੀ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ, ਜਿਹਨੂੰ ਅਸੀਂ ਸੋ ਕਾਲਡ ਮਤਲਬ ਸਾਰੀ ਦੁਨੀਆ 'ਚ ਪ੍ਰਚਾਰ ਕਰ ਰਹੇ ਹਾਂ ਕਿ ਦੁਨੀਆ ਦਾ ਐਡਾ ਵੱਡਾ ਲੋਕਤੰਤਰ ਹੈ ਸਾਡੇ ਕੋਲ, ਉਹਦੀ ਮਰਿਆਦਾ ਜਾਂ ਉਹਦੇ ਰੂਲ ਰੈਗੂਲੇਸ਼ਨ ਉਹ ਕੀ ਕਹਿੰਦੇ ਨੇ ਸਾਨੂੰ, ਉਹ ਇਹ ਕਹਿੰਦੇ ਆ ਕਿ ਲੋਕਾਂ ਦੀ ਚੁਣੀ ਹੋਈ ਸਰਕਾਰ ਕਿਉਂ ਬਣਾਉਂਦੇ ਹਾਂ ਅਸੀਂ, ਨਹੀਂ ਤਾਂ ਅਦਰਵਾਈਜ਼ ਤਾਂ ਡੀ ਸੀ ਸਾਹਿਬ, SSP ਸਾਹਿਬ ਸਾਰੇ ਹੈਗੇ ਨੇ, ਦੂਸਰੇ ਪਾਸੇ ਜੁਡੀਸ਼ਰੀ ਬੈਠੀ ਆ, ਉਹ ਕੰਮ ਕਰ ਲੈਣਗੇ। ਇਹ ਪੱਖ ਜਿਹੜਾ ਕਰੋੜਾਂ ਅਰਬਾਂ ਰੁਪਈਆਂ ਦੇ ਨਾਲ ਇਲੈਕਸ਼ਨਾਂ ਹੁੰਦੀਆਂ ਹੈ, ਮੰਤਰੀ ਬਣਦੇ ਨੇ, ਸਰਕਾਰ ਬਣਦੀ ਹੈ, ਉੱਥੇ ਵਿਧਾਨ ਸਭਾ ਬਣ ਹੈਗੀ ਆ, ਉਹਦੇ ਵਿੱਚ ਅਸੀਂ ਨਿਯਮ ਬਣਾਉਂਦੇ ਹਾਂ, ਇਹ ਪ੍ਰਕਿਰਿਆ ਦੀ ਕਿਉਂ ਲੋੜ ਪਈ ਸੀ? ਇਸੇ ਕਰਕੇ ਲੋੜ ਪਈ ਸੀ ਕਿ ਜਦੋਂ ਵੀ ਵਿਨ ਦਾ ਪੀਪਲ ਵਿਲ ਕੰਪਲੇਂਟ ਕਿ ਆਹ ਕੁਛ ਇਸ ਤਰ੍ਹਾਂ ਦਾ ਹੈਗਾ, ਸੋ ਦੈਟ ਕਿ ਇਮੀਡੀਏਟਲੀ ਸਾਡੀਆਂ ਵਿਧਾਨ ਸਭਾ, ਅਸੀਂ ਉਹਨੂੰ ਲੈਜਿਸਲੇਟਿਵ ਕਹਿੰਦੇ ਹਾਂ ਨਾ, ਉੱਥੇ ਸਾਨੂੰ ਕੁਛ ਕਈ ਵਾਰ ਔਨ ਸਪੋਟ ਕੁਛ ਰੂਲਸ ਬਣਾਉਣੇ ਪੈ ਸਕਦੇ ਆ, ਉਹ ਤਾਂ ਡਿਜ਼ਾਈਨ ਕੀਤੀ ਗਈ ਹੈ ਨਾ। 5 ਮਹੀਨਿਆਂ ਤੋਂ ਮੈਡਮ ਹੈਰਾਨੀ ਦੀ ਗੱਲ ਨਹੀਂ ਲੱਗ ਰਹੀ ਇਹ, ਕਿਉਂਕਿ ਦਿਸ ਮੈਟਰ ਨੋਟ ਓਨਲੀ ਕੰਸਰਨਡ ਵਿਦ, ਨਾ ਤਾਂ ਕਿਸੇ ਧਿਰ ਨਾਲ ਕੰਸਰਨਡ ਹੈ, ਨਾ ਕਿਸੇ ਇੱਕ ਜਾਤ, ਨਾ ਕਿਸੇ ਧਰਮ, ਨਾ ਕਿਸੇ ਮਤਲਬ ਰਾਜਨੀਤਿਕ ਪਾਰਟੀ, ਕਿਸੇ ਨਾਲ, ਈਵਨ ਟੋਟਲ ਕਾਇਨਾਤ ਨਾਲ, ਈਵਨ ਮੈਂ ਕਹਿੰਦਾ ਮਨੁੱਖਤਾ ਨਾਲ ਨਹੀਂ, ਇਕੱਲੀ ਨਾਲ, ਜੀਵ ਜੰਤੂਆਂ ਦਾ ਵੀ ਤਾਂ ਹੈ ਨਾ ਲੋੜ। ਸੋ ਇੱਥੇ ਐਬਸੈਂਸ ਕਿੱਥੇ ਹੈਗੀ ਆ? ਐਬਸੈਂਸ ਇੱਥੇ ਹੈ ਕਿ ਲੋਕਲ ਗਵਰਨਮੈਂਟ ਜਿਹੜੀ ਹੈਗੀ ਆ ਉਹਨੂੰ ਇਹਦੇ ਵਿੱਚ, ਨਾ ਤਾਂ ਅੱਜ ਤੱਕ, ਹੁਣ ਮੀਟਿੰਗ ਲਈ ਹੈ, ਅਸੀਂ ਕਹਿੰਦੇ ਹਾਂ ਬਹੁਤ ਸ਼ਲਾਘਾਯੋਗ ਕਦਮ ਹੈ, ਉਹਨਾਂ ਨੂੰ ਆਉਣਾ ਚਾਹੀਦਾ, ਇਹ ਇਨਵੋਲਵਮੈਂਟ ਮਿਸ ਹੋ ਰਹੀ ਹੈ। ਔਰ ਇਸੇ ਕਰਕੇ ਵਾਰ ਵਾਰ ਜਿਹੜਾ ਪੰਜਾਬ ਦੇ ਵਿੱਚ ਥਾਂ ਥਾਂ 'ਤੇ ਮੁੜ ਕੇ ਕਹਿੰਦੇ ਆ ਨਿਊਸੈਂਸ ਵੈਲਿਊਜ਼, ਨਿਊਸੈਂਸ ਕ੍ਰੀਏਟ ਹੋ ਰਹੀ ਹੈ, ਕਿਉਂ ਹੋ ਰਹੀ ਹੈ? ਸੋ ਮੈਨੂੰ ਇਹ ਲੱਗ ਰਿਹਾ, ਮੇਰਾ ਇਹ ਮੰਨਣਾ ਹੈ ਕਿ ਇਹ ਲੈਕ ਆਫ ਜਿਹੜਾ ਹੈਗਾ ਇਨਵੋਲਵਮੈਂਟ ਹੈ, ਜਿਹੜੇ ਫਰਜ਼ ਬਣਦੇ ਨੇ, ਦੇਖੋ ਇੱਕ ਲੋਕਾਂ ਨੇ ਇੱਕ ਕੰਪਲੇਂਟ ਕਰਤੀ, ਇਹ ਤਾਂ ਉਸੇ ਦਿਨ ਹੀ ਗਵਰਨਮੈਂਟ ਨੂੰ ਐਕਸ਼ਨ ਦੇ ਵਿੱਚ ਆਉਣਾ ਚਾਹੀਦਾ ਸੀ ਕਿ ਵੀ ਵਿਲ ਸੀ ਵਟ ਇਜ਼ ਦਾ ਪ੍ਰੋਬਲਮ ਦੇਅਰ, ਕੀ ਇਹ ਲੋੜ ਨਹੀਂ ਸੀ, ਕੀ ਇਸ ਚੀਜ਼ ਦੀ ਲੋੜ ਸੀਗੀ ਕਿ ਪਹਿਲਾਂ 300 ਮੀਟਰ ਇੱਧਰ ਹੋ ਜਾਈਏ, ਇੱਧਰ ਹੋ ਜਾਈਏ? ਕੀ ਤੁਸੀਂ ਦੇਖ ਨਹੀਂ ਰਹੇ ਕਿ ਪਿਛਲੇ 5 ਮਹੀਨਿਆਂ ਤੋਂ ਇਹ ਸਾਰੀਆਂ ਗੱਲਾਂ ਹੋ ਰਹੀਆਂ ਨੇ? ਇਹ ਕਿਉਂ ਹੋ ਰਹੀਆਂ ਨੇ? ਕਿਉਂਕਿ ਜਿਨ੍ਹਾਂ ਦੀ ਲੋੜ ਸੀ ਉੱਥੇ, ਉਹ ਗੁਜਰਾਤ ਮਤਲਬ ਘੁੰਮਣ ਲੱਗ ਗਏ,
ठीक है ना, मैनू ये लग रहा है। मैं नहीं कहता उन्हों की पार्टी है, उन्होंने ड्यूटी है, जो मर्जी कर, बट इतों की जिम्मेवारी जी निभानी चाहिए सी। मैनू ये लग रहा है कि यह जो क्रिएट हो रहा है, जो इस लैवल तक गल जा रही है, करोड़ों अरबों रुपयों का, सारी साड़ी पुलिस इतने लगी हुई है, प्रशासन इतने लग्या हो, ठीक है जी, अदालत दे विच चल रहा है, ठीक है, सीएम साहब न मीटिंग्स देनिया पै रही ने अजक, ठीक है, क्यों हो रहा है, और जिहड़ा हज़ारां की गिणती लोग इतने बैठे ने, ये सारा कुछ क्यों होया, क्योंकि कितने ना कितने जी है कुताही जी है, चाहे वह अणजाणपुणे कह लो, चाहे वह मतलब किसी भी कारण करके कह लो, ये नहीं होनी चाहिए। इतने इनवॉल्वमेंट गवर्नमेंट की एक्टिव इनवॉल्वमेंट चाहिए सी, फिर मसला हल हों, और हूँ भी इन्हें जो सॉर्ट आउट होना है वह पोलीटिकल इनवॉल्वमेंट के नाल। थैंक यू। वैसे तो बड़ा अजीब गल हैगी, क्योंकि जब भी दुनिया विच किसी इंडस्ट्री का असर आम इंसान की सेहत जिंदगी ते होंदा है तो जांच करन विच देरी नहीं होंदी, पर इत्थे जांचा होने के बावजूद जानवरों नू मुआवजा मिल गया है, पर इंसान अजे बैठे ने। इत्थे मैं सीधा सीधा निशाना पंजाब पोल्यूशन बोर्ड की जांच ते पाउंदी हां कि क्यों उन्हां दी जांच विच उन्हां सारे तत्थां दी जान नहीं जीत की थी। इत्थे फैक्ट्री दा सानू बोर्ड दिखाई है, उहदे विच लिखिया होया कि मैनुफैक्चर कर रहे हैं, पर पोल्यूशन बोर्ड की जांच विच नहीं सीगा। सैटेलाइट राही एक दिखता है कि इत्थों एक डुकी सुरंग जांदी जिहतों बड़ा पूरे रंग का पानी जाता पे है, उदी जांच नहीं हुई। सो अज ये जिन्ने लोग बैठे ने, ठंड है, धुंध है, बुजुर्ग ने, बच्चे ने, सिर्फ इसलिए बैठे ने उन्होंने कि साफ पानी साफ हवा मिल जाए। तो ये भी जे लोग अपने निजी उद्योग के मुनाफे देखे तो बहुत ही शर्मनाक गल हैगी है।